ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਉਰਵਿਸ਼ੀ ਜੈਨ ਅਤੇ ਦੋਸਤੋ ਅੱਜ ਅਸੀਂ ਮੁਲਾਕਾਤ ਕਰਾਂਗੇ ਉਸ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੇ ਬਾਲੀਵੁੱਡ ਦੇ ਵਿੱਚ ਦਿਲਵਾਲੇ ਦਿਲ ਜਲੇ, ਦੀਵਾਨੇ, ਤੀਸਰੀ ਆਂਖ, ਤ੍ਰਿਨੇਤਰ, ਮੈਂ ਐਸਾ ਹੀ ਹੂੰ, ਲਵ ਸਟੋਰੀ 2050, ਅਨੇਕ ਸੁਪਰਹਿੱਟ ਮੂਵੀਜ਼ ਬਣਾਈਆਂ। ਜਦ ਉਹਨਾਂ ਨੇ ਪੰਜਾਬੀ ਸਿਨੇਮਾ ਦੇ ਵੱਲ ਆਪਣਾ ਮੂੰਹ ਕੀਤਾ ਤਾਂ ਪਹਿਲੀ ਹੀ ਫਿਲਮ ਦੇ ਨਾਲ ਕਿੱਲਾ ਗਾੜ ਦਿੱਤਾ। ਸੁਪਰਹਿੱਟ ਚਾਸਟ ਬਸਟਰ ਮੂਵੀ ਉਹਨਾਂ ਦੀ ਚਾਰ ਸਾਹਿਬਜ਼ਾਦੇ ਸਾਡੇ ਸਾਹਮਣੇ ਆਏ ਅਤੇ ਹੁਣ ਸਾਹਿਬਜ਼ਾਦਿਆਂ ਦਾ ਸੀਕੁਅਲ ਲੈ ਕੇ ਆਏ ਨੇ। ਬਾਬਾ ਬੰਦਾ ਸਿੰਘ ਬਹਾਦਰ ਦੇ ਉੱਤੇ ਅਸੀਂ ਬਹੁਤ ਬਹੁਤ ਸਵਾਗਤ ਕਰਾਂਗੇ ਉਸ ਸ਼ਖਸੀਅਤ ਦਾ ਜਿਸ ਦੇ ਨਾਲ ਅਸੀਂ ਵੀ ਗੱਲਬਾਤ ਕਰਨ ਲਈ ਉਤਸੁਕ ਹਾਂ, ਹੈਰੀ ਬਵੇਜਾ ਜੀ ਦੀ ਗੱਲ ਕਰ ਰਹੀ ਹਾਂ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ। ਨਮਸਕਾਰ, ਆਈ ਐਮ ਗੁੱਡ ਸਰ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਕੰਗਰੈਚੁਲੇਸ਼ਨਸ। ਮੈਂ ਇੱਕ ਸਵਾਲ ਜ਼ਰੂਰ ਪੁੱਛਣਾ ਚਾਹਾਂਗੀ, ਮੇਰਾ ਪਰਸਨਲ ਓਪੀਨੀਅਨ ਹੈ, ਇੰਨੀ ਖੂਬਸੂਰਤੀ ਦੇ ਨਾਲ ਤੁਸੀਂ ਅਜੇ ਦੇਵਗਨ ਨੂੰ ਅੱਜ ਤੱਕ ਆਪਣੀ ਮੂਵੀਜ਼ ਦੇ ਵਿੱਚ ਦਿਖਾਇਆ, ਖੂਬਸੂਰਤੀ ਦੇ ਨਾਲ ਤੁਸੀਂ ਹਰ ਲੋਕੇਸ਼ਨਸ ਨੂੰ ਖੂਬਸੂਰਤੀ ਦਿਖਾਈ। ਜਦੋਂ ਪੰਜਾਬੀ ਸਿਨੇਮਾ ਦੀ ਗੱਲ ਆਈ, ਤੁਸੀਂ ਐਨੀਮੇਸ਼ਨ ਦੇ ਨਾਲ ਸਟਾਰਟ ਕੀਤਾ, ਵਾਏ? ਮੇਰੇ ਪਾਸ ਕੋਈ ਚੋਇਸ ਨਹੀਂ ਸੀ, ਕਿਉਂਕਿ ਮੈਨੂੰ ਗੁਰੂ ਸਾਹਿਬ ਦੇ ਪਰਿਵਾਰ ਨੂੰ ਪਰਦੇ 'ਤੇ ਲਿਆਉਣ ਵਾਸਤੇ ਕਿਸੇ ਐਕਟਰ ਦਾ ਸਹਾਰਾ ਲੈਣ ਦੀ ਇਜਾਜ਼ਤ ਨਹੀਂ ਹੈ। ਇਸ ਕਰਕੇ ਅਗਰ ਉਹਨਾਂ ਦੀ ਹਿਸਟਰੀ ਨੂੰ, ਉਹਨਾਂ ਦੇ ਇਤਿਹਾਸ ਨੂੰ ਅਗਰ ਸੰਗਤ ਦੇ ਸਾਹਮਣੇ ਲਿਆਉਣਾ ਸੀ ਤਾਂ ਇੱਕੋ ਹੀ ਰਸਤਾ ਸੀਗਾ, ਐਨੀਮੇਸ਼ਨ। ਹੈਰੀ ਜੀ, ਇਹ ਗੱਲ ਦੱਸੋ, ਤੁਹਾਨੂੰ ਗੁਰੂ ਦਾ ਆਦੇਸ਼ ਕਦੋਂ ਮਿਲਿਆ, ਕਦੋਂ ਲੱਗਿਆ ਕਿ ਹੁਣ ਮੈਨੂੰ ਇਹ ਮੂਵੀ ਇੱਦਾਂ ਦੀ ਬਣਾਉਣੀ ਹੈ? ਦੇਖੋ ਕੀ ਹੁੰਦਾ, ਅਸੀਂ ਸਾਰੇ ਜ਼ਿੰਦਗੀ 'ਚ ਨਾ ਆਪਣੇ ਆਪਣੇ ਸਫ਼ਰ 'ਚ ਬੜੇ ਬਿਜ਼ੀ ਹੋ ਜਾਂਦੇ ਹਾਂ, ਅਤੇ ਜਿੱਦਾਂ ਜ਼ਿੰਦਗੀ ਚੱਲਦੀ ਜਾਂਦੀ ਹੈ ਉਹ ਬਸ ਆਪਣੀ, ਯੂ ਕੈਨ ਸੇ ਇਨ ਯੋਰ ਓਨ ਪ੍ਰੋਬਲਮਸ ਐਂਡ ਇਸ਼ੂਜ਼, ਯੂ ਕੀਪ ਮੂਵਿੰਗ ਔਨ ਇਨ ਲਾਈਫ, ਅਤੇ ਬੰਦਾ ਅੱਗੇ ਵਧਦਾ ਰਹਿੰਦਾ ਹੈ। ਕਦੇ ਕਦੇ ਮੌਕਾ ਮਿਲਦਾ ਹੈ ਖੜ੍ਹ ਕੇ ਸੋਚਣ ਦਾ, ਕਰਕੇ ਪਿੱਛੇ ਮੁੜ ਕੇ ਦੇਖਣ ਦਾ, ਅਤੇ ਮੈਨੂੰ ਫਿਰ ਜਾ ਕੇ ਇੱਕ ਦਿਨ ਮੌਕਾ ਮਿਲਿਆ ਐਂਡ ਲੁੱਕ ਬੈਕ ਐਂਡ ਆਈ ਰਿਲਾਈਜ਼ ਕਿ ਮੈਂ ਬਾਬਾ ਜੀ ਕੋਲੋਂ ਬਹੁਤ ਕੁਛ ਮੰਗਿਆ, ਮੈਨੂੰ ਨਾਲਾ ਦਿੰਦੇ ਗਏ, ਮੈਂ ਥੈਂਕ ਯੂ ਕਹਿੰਦਾ ਗਿਆ, ਅਤੇ ਫਿਲਮ ਮੇਕਰ ਬਣਨਾ ਸੀ, ਬਣਾ ਦਿੱਤਾ ਉਹਨਾਂ ਨੇ, ਜਿੱਦਾਂ ਜਿੱਦਾਂ ਜੋ ਸੋਚਿਆ ਉੱਦਾਂ ਦਾ ਹੁੰਦਾ ਗਿਆ। ਫਿਰ ਮੈਂ ਸੋਚਿਆ ਮੈਂ ਫਿਲਮ ਮੇਕਰ ਹਾਂ ਅਤੇ ਕਿਉਂ ਨਾ ਮੈਂ ਇੱਕ ਫਿਲਮ ਹੀ ਬਣਾਵਾਂ। ਇਹ ਸੋਚ ਲੈ ਕੇ ਫਿਰ ਮੈਂ ਲੁਧਿਆਣੇ ਆਪਣੇ ਪ੍ਰਧਾਨ ਜੀ SGPC ਦੇ ਅਵਤਾਰ ਸਿੰਘ ਜੀ ਉਹਨਾਂ ਕੋਲ ਗਿਆ ਔਰ ਉੱਥੋਂ ਫਿਰ ਇਹ ਸ਼ੁਰੂਆਤ ਹੋਈ। ਸੀਕੁਅਲ ਬਣਾਉਣਾ ਕਿੰਨਾ ਮੁਸ਼ਕਿਲ ਲੱਗਿਆ ਤੁਹਾਨੂੰ, ਕਿਉਂਕਿ ਅਸੀਂ ਇਤਿਹਾਸ ਨੂੰ ਤੋੜ ਮਰੋੜ ਨਹੀਂ ਸਕਦੇ, ਕਿਸੇ ਹੋਰ ਮੂਵੀ ਦਾ ਸੀਕੁਅਲ ਤਾਂ ਬੜਾ ਈਜ਼ੀ ਹੈ ਬਣਾਉਣਾ। ਇਸ ਤਰ੍ਹਾਂ ਜੀ, ਸੀਕੁਅਲ ਦਾ ਮਤਲਬ ਹੁੰਦਾ ਹੈ ਕਿ ਉਸ ਤੋਂ ਬਾਅਦ ਕੀ ਹੋਇਆ, ਔਰ ਸਾਡਾ ਇਤਿਹਾਸ ਤਾਂ ਬਹੁਤ ਹੀ ਲਾਰਜ ਹੈ ਔਰ ਬੜਾ ਕੁਛ ਹੋਇਆ ਜਿਹੜਾ ਕਿ ਹਜੇ ਵੀ ਕਿਤਾਬਾਂ 'ਚ ਹੀ ਬੰਦ ਪਿਆ, ਕਿਉਂਕਿ ਕਿਤਾਬਾਂ ਲੋਕ ਪੜ੍ਹਦੇ ਨਹੀਂ ਔਰ ਉਹਦੇ ਬਾਰੇ ਸਾਨੂੰ ਜ਼ਿਆਦਾ ਜਾਣਕਾਰੀ ਹੁੰਦੀ ਨਹੀਂ ਹੈਗੀ। ਤਾਂ ਜੋ ਜਿੱਥੇ ਪਿਛਲੀ ਫਿਲਮ ਖਤਮ ਹੋਈ ਸੀ, ਇਹ ਫਿਲਮ ਠੀਕ ਉੱਥੋਂ ਸ਼ੁਰੂ ਹੁੰਦੀ ਹੈ, ਉਹੀ ਟੁੱਟੀ ਹੋਈ ਦੀਵਾਰ ਤੋਂ ਕਹਾਣੀ ਸ਼ੁਰੂ ਕਰਦੇ ਹਾਂ ਔਰ ਉਹੀ ਇਤਿਹਾਸ ਆਪਣਾ ਦੱਸਦੇ ਹੋਏ ਅਸੀਂ ਬੰਦਾ ਸਿੰਘ ਬਹਾਦਰ ਦੀ ਕਹਾਣੀ ਪੂਰਾ ਕਰਕੇ ਸਰਹੰਦ ਤੱਕ ਆਉਂਦੇ ਹਾਂ। ਸੋ ਇਹ ਉਹੀ ਇਤਿਹਾਸ ਹੈ ਜਿੱਦਾਂ, ਮਤਲਬ ਕਿ ਜੋ ਆਪ ਬੀਤੀ ਉਸ ਤੋਂ ਬਾਅਦ ਹੋਈ, ਪੂਰੀ ਉਹਦੀ ਜਾਣਕਾਰੀ ਦਿੰਦੇ ਹਾਂ। ਹੈਰੀ ਜੀ, ਤੁਸੀਂ ਪਿਛਲੀ ਮੂਵੀ ਦੇ ਵਿੱਚ ਵੀ ਓਮਪੁਰੀ ਸਾਹਿਬ ਦੀ ਆਵਾਜ਼ ਨੂੰ ਯੂਜ਼ ਕੀਤਾ ਸੀ, ਤੁਸੀਂ ਇਸ ਮੂਵੀ ਦੇ ਵਿੱਚ ਵੀ ਓਮਪੁਰੀ ਜੀ ਦੀ ਆਵਾਜ਼ 'ਚ ਤੁਹਾਨੂੰ ਇਹੋ ਜਿਹਾ ਕੀ ਖਾਸ ਨਜ਼ਰ ਆਉਂਦਾ ਹੈ? ਦੇਖੋ, ਅਸੀਂ ਇੱਕ ਆਵਾਜ਼ ਚਾਹੁੰਦੇ ਸੀ ਜਿਹੜੀ ਕਿ ਬੜੀ ਗਹਿਰੀ ਹੋ, ਬੜੀ ਅੱਛੀ ਹੋ ਔਰ ਜਿਹਦੇ ਨਾਲ ਮਤਲਬ ਕਿ ਲੋਕਾਂ ਨੂੰ ਅਸੀਂ ਇੱਕ ਥੋੜ੍ਹਾ ਕਹਿੰਦੇ ਨਾ ਆਵਾਜ਼ ਨਾਲ ਤੁਸੀਂ ਹਿਪਨੋਟਾਈਜ਼ ਹੋ ਜਾਂਦੇ ਹੈਗੇ ਹੋ, ਅਤੇ ਅਸੀਂ ਸਾਨੂੰ, ਕਿਉਂਕਿ ਅਸੀਂ ਫਿਲਮ ਹਿੰਦੀ ਪੰਜਾਬੀ ਦੋਨਾਂ 'ਚ ਬਣਾਉਣੀ ਸੀਗੀ, ਅਤੇ ਅਸੀਂ ਫਿਰ ਓਮਪੁਰ ਸਾਹਿਬ 'ਤੇ ਜ਼ੀਰੋ ਕੀਤਾ। ਹੋਇਆ ਇਸ ਤਰ੍ਹਾਂ ਕਿ ਆਈ ਥਿੰਕ ਪਿਕਚਰ 'ਚ ਉਹਨਾਂ ਦਾ ਸੂਤਰਧਾਰ ਦਾ ਇੱਕ ਰੋਲ ਹੈ ਕਿ ਉਹ ਕਹਾਣੀ ਨੂੰ ਜੋੜਦੇ ਆ, ਯਾਨੀ ਕਿ ਜਦੋਂ ਅਸੀਂ ਇਤਿਹਾਸ ਬਾਰੇ ਗੱਲਾਂ ਕਰਦੇ ਹਾਂ ਨਾ, ਤਾਂ ਬਹੁਤ ਲੰਬਾ ਹੁੰਦਾ ਇਤਿਹਾਸ, ਅਤੇ ਇੱਕ ਚੈਪਟਰ ਨੂੰ ਦੂਜੇ ਚੈਪਟਰ ਜੋੜਨ ਵਾਸਤੇ ਇੱਕ ਅਗਰ ਨਰੇਟਰ ਦੀ ਥੋੜ੍ਹੀ ਜਿਹੀ ਗੱਲ ਆ ਜਾਏ ਤਾਂ ਸਾਡੇ 7-8 ਸੀਨ ਜਿਹੜੇ ਅਸੀਂ ਨਹੀਂ ਦਿਖਾਉਣੇ ਆ, ਉਹ ਸਾਰੇ ਪਾਸੇ ਹੋ ਜਾਂਦੇ ਆ, ਵੀ ਕੈਨ ਕਮ ਟੂ ਦ ਪੁਆਇੰਟ। ਸੋ ਉਹਦੇ ਲਈ ਉਹਨਾਂ ਦੀ ਆਵਾਜ਼ ਅਸੀਂ ਐਜ਼ ਅ ਸੂਤਰਧਾਰ ਯੂਜ਼ ਕੀਤੀ, ਲੇਕਿਨ ਉਹਦੇ ਨਾਲ ਨਾਲ ਅਸੀਂ ਇੱਕ ਚੀਜ਼ ਹੋਰ ਨੋਟ ਕੀਤੀ, ਜੋ ਗੱਲ ਬਾਬਾ ਜੀ ਕਹਿਣਾ ਚਾਹੁੰਦੇ ਨੇ ਉਹ ਐਕਚੁਅਲੀ ਓਮਪੁਰੀ ਕਹਿ ਰਹੇ ਨੇ ਕਿ ਗੁਰੂ ਸਾਹਿਬ ਨੇ ਕੀ ਕਿਹਾ, ਤਾਂ ਜੋ ਉਹਨਾਂ ਨੇ ਕਿਹਾ, ਫਿਰ ਜੋ ਉਹਨਾਂ ਨੇ ਕੋਈ ਗੁਰਬਾਣੀ ਬਾਰੇ ਕਿਹਾ ਜਾਂ ਕੋਈ ਇੱਕ ਸਿੱਖ ਬਾਰੇ ਦੱਸਿਆ ਬਾਬਾ ਜੀ ਨੇ, ਉਹ ਓਮਪੁਰੀ ਦੀ ਆਵਾਜ਼ ਲੋਕਾਂ ਤੱਕ ਪਹੁੰਚਿਆ। ਤਾਂ ਪਿਕਚਰ ਖਤਮ ਹੋਣ ਤੱਕ ਉਹਨਾਂ ਨੂੰ ਇਹ ਮਹਿਸੂਸ ਹੋਣਾ ਹੋ ਲੱਗਿਆ ਕਿ ਜੋ ਓਮਪੁਰੀ ਕਹਿੰਦੇ ਨੇ ਉਹ ਇੱਕ ਉਹ ਆਵਾਜ਼ ਹੈ ਜਿਹੜੀ ਕਿ ਗੁਰੂ ਸਾਹਿਬ ਦੇ ਸ਼ਬਦਾਂ ਨੂੰ ਸਾਡੇ ਰਾਹੀਂ ਪਹੁੰਚਾਉਂਦੀ ਹੈਗੀ ਹੈ, ਤਾਂ ਉਹਨਾਂ ਦੀ ਆਵਾਜ਼ ਨਾਲ ਉਹਨਾਂ ਦਾ ਜੋੜ ਤੋੜ ਹੋਇਆ, ਬਹੁਤ ਚੰਗਾ, ਠੀਕ ਹੈ। ਔਰ ਹੁਣ ਆਈ ਥੋਟ ਕਿ ਕਿਉਂਕਿ ਦੇ ਹੈਵ ਨਾਓ ਸਟਾਰਟਿਡ ਆਈਡੈਂਟੀਫਾਈਂਗ ਇਸ ਆਵਾਜ਼ ਨਾਲ ਕਿ ਇਹੀ ਆਵਾਜ਼ ਹੈ ਜਿਹੜੀ ਸਾਨੂੰ ਗੁਰੂ ਸਾਹਿਬ ਦੇ ਸ਼ਬਦਾਂ ਨੂੰ ਸਾਡੇ ਕੋਲ ਲਿਆਉਂਦੀ ਹੈ, ਕਰੈਕਟ, ਨਾ ਕਿ ਗੁਰੂ ਸਾਹਿਬ ਦੀ ਆਵਾਜ਼ ਹੈ, ਉਹ ਗੁਰੂ ਸਾਹਿਬ ਦੀ ਆਵਾਜ਼ ਨਹੀਂ ਹੈ ਕਿ ਗੁਰੂ ਸਾਹਿਬ ਦੇ ਸ਼ਬਦਾਂ ਨੂੰ ਸਾਡੇ ਕੋਲ ਲਿਆਉਂਦੀ ਹੈ, ਅਤੇ ਕਿਉਂ ਨਾ ਮੈਂ ਉਹੀ ਆਵਾਜ਼ ਨੂੰ ਕੰਟੀਨਿਊ ਕਰਾਂ ਤਾਂ ਕਿ ਉਹ ਕਨੈਕਟ ਹੈ ਉਸ ਆਵਾਜ਼ ਨਾਲ, ਉਹਨਾਂ ਦਾ ਓਨਾ ਹੀ ਰਹੇ ਔਰ ਉਹ ਸ਼ਬਦ ਵੀ ਉਹਨਾਂ ਕੋਲ ਓਨੇ ਚੰਗੀ ਤਰ੍ਹਾਂ ਉਹਦੇ ਨੇੜੇ ਔਰ ਉਹਦੇ ਜ਼ਹਿਨ ਵਿੱਚ ਬਿਲਕੁਲ ਘੁਸ ਜਾਣ, ਦਹਿ ਤੱਕ ਪਹੁੰਚ ਜਾਣ। ਇਸ ਕਰਕੇ ਫਿਰ ਅਸੀਂ ਓਮਪੁਰੀ ਦੀ ਆਵਾਜ਼ ਨੂੰ ਦੁਬਾਰਾ ਇਸ ਫਿਲਮ 'ਚ ਲਿੱਤਾ। ਕੋਈ ਅਜਿਹਾ ਮੌਕਾ ਮਿਲਿਆ ਜਦੋਂ ਪਿਛਲੀ ਮੂਵੀ ਆਈ ਤੁਹਾਡੀ, ਕਿਸੇ ਬੀਬਾ ਨੇ, ਕਿਸੇ ਭਰਾ ਨੇ ਤੁਹਾਨੂੰ ਇਹ ਕਿਹਾ ਹੋਵੇ ਕਿ ਤੁਸੀਂ ਸਾਡੀ ਜਨਰੇਸ਼ਨਸ ਲਈ ਉਹ ਕੰਮ ਕਰ ਦਿੱਤਾ ਜੋ ਅਸੀਂ ਪੂਰੀ ਜ਼ਿੰਦਗੀ ਨਹੀਂ ਕਰ ਸਕਦੇ? ਮੈਨੂੰ ਬੜੇ ਸ਼ਖਸ ਮਿਲੇ, ਮੈਂ ਸਾਰਿਆਂ ਨੂੰ ਇਹੀ ਕਹਿਣਾ, ਅੱਜ ਵੀ ਮੈਂ ਸੰਗਤ ਨੂੰ ਇਹੀ ਕਹਾਂਗਾ ਕਿ ਤੁਹਾਡੇ ਸਾਰੇ ਸ਼ੁਕਰਾਨੇ ਮੈਂ ਉੱਤੇ ਬਾਬਾ ਜੀ ਨੂੰ ਭੇਜ ਦਿੰਦਾ,
ਕਿਉਂਕਿ ਸ਼ੁਕਰ ਹੈ ਉਹਨਾਂ ਦਾ ਕਰੋ, ਉਹਨਾਂ ਨੇ ਮੈਨੂੰ ਮਦਦ ਦਿੱਤੀ ਹੈ ਕੰਮ ਕਰਨ ਦੀ, ਪਰ ਜਿਹੜੇ ਤੁਸੀਂ ਮੈਨੂੰ ਆਸ਼ੀਰਵਾਦ ਦਿੰਦੇ ਹੋ ਉਹ ਮੈਂ ਆਪਣੇ ਕੋਲ ਰੱਖ ਲੈਂਦਾ ਤਾਂ ਕਿ ਮੈਂ ਹੋਰ ਇਹੋ ਜਿਹੀ ਫਿਲਮਾਂ ਬਣਾ ਸਕਾਂ। ਮਾਤਾ ਗੁਜਰੀ ਦਾ ਬੜਾ ਸੋਹਣਾ ਵਰਤਾਂਤ ਤੁਸੀਂ ਉਸ ਗੀਤ ਰਾਹੀਂ ਦਿਖਾਇਆ ਜਿੱਥੇ ਸੁਖਵਿੰਦਰ ਜੀ ਦਾ ਗਲਾ ਵੀ ਭਰ ਰਿਹਾ ਗਾਉਂਦੇ ਗਾਉਂਦੇ। ਜੀ ਸੱਚੀ ਭਰ ਗਿਆ ਸੀ? ਭਰ ਗਿਆ ਸੀ ਜੀ, ਸਾਡੇ ਭਰ ਜਾਂਦੇ ਜੀ ਸੀਨ ਲਿਖਦੇ ਲਿਖਦੇ, ਕੰਮ ਕਰਦੇ ਕਰਦੇ, ਦੇਖਦੇ ਦੇਖਦੇ ਸਾਡੀ ਅੱਖਾਂ 'ਚ ਥਰੂ ਆ ਜਾਂਦੇ ਨੇ। ਅਸੀਂ ਚੱਲ ਇੱਕ ਚੀਜ਼ ਨੂੰ 50 ਵਾਰੀ ਦੇਖਦੇ ਹਾਂ, 100 ਵਾਰੀ ਦੇਖਦੇ ਹਾਂ ਉਹਨੂੰ ਠੀਕ ਕਰਨ ਵਾਸਤੇ, ਲੇਕਿਨ ਕਿਉਂਕਿ ਇਨਹੈਰੈਂਟਲੀ ਦੇਰ ਇਜ਼ ਸੋ ਮੱਚ ਆਫ ਇਮੋਸ਼ਨ ਇਨ ਐਵਰੀਥਿੰਗ, ਮਤਲਬ ਕਿ ਬੋਲ ਮਾਂ ਗੁਜਰੀਏ ਬੋਲ ਮਾਂ ਭੋਲੀਏ, ਦੱਸ ਤੈਨੂੰ ਪਤਾ ਸੀ ਕਿ ਨਾ ਤੇਰੇ ਪੁੱਤ ਜਿਹਾ ਪੁੱਤ ਹੋਣਾ ਨਹੀਂ ਚਾਹਣ ਤੇ, ਹੋਣੀ ਨਹੀਂ ਤੇਰੇ ਜਿਹੀ ਮਾਂ, ਦੱਸ ਤੈਨੂੰ ਪਤਾ ਸੀ ਕਿ ਨਾ। ਹੈਰੀ ਜੀ ਇੰਨਾ ਦਰਦ, ਇੰਨੇ ਇਮੋਸ਼ਨਸ ਐਨੀਮੇਸ਼ਨ ਦੇ ਨਾਲ ਉਲੀਕ ਨੇ, ਕਿੰਨੇ ਔਖੇ ਹੁੰਦੇ ਨੇ? ਦੇਖੋ ਐਨੀਮੇਸ਼ਨ ਇੱਕ ਫੋਰਮੈਟ ਹੈ ਬੜਾ, ਅਸੀਂ ਜ਼ਿਆਦਾਤਰ ਐਨੀਮੇਸ਼ਨ ਨੂੰ ਕਾਰਟੂਨ ਨਾਲ ਸੋਰੀ ਐਸੋਸੀਏਟ ਕਰਦੇ ਹਾਂ। ਅਤੇ ਜਦੋਂ ਮੈਂ ਪਹਿਲੀ ਵਾਰੀ ਪਰਮਿਸ਼ਨ ਲੈਣ ਗਿਆ, ਜਦੋਂ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ ਐਕਟਰਾਂ ਦੇ ਜ਼ਰੀਏ ਗੁਰੂ ਸਾਹਿਬ ਦੇ ਪਰਿਵਾਰ ਨੂੰ ਨਹੀਂ ਦਿਖਾ ਸਕਦੇ, ਤਾਂ ਮੈਂ ਕਿਹਾ ਜੀ ਮੈਂ ਐਨੀਮੇਸ਼ਨ ਬਣਾਉਣਾ ਵਾਂ। ਅਤੇ ਜਦੋਂ ਮੈਂ ਐਨੀਮੇਸ਼ਨ ਦਾ ਨਾਲ, ਤਾਂ ਉਹਨਾਂ ਨੇ ਮਤਲਬ ਕਿ ਨੈਚੁਰਲੀ ਉਹਨਾਂ ਨੂੰ ਲੱਗਿਆ ਕਿ ਮੈਂ ਕਾਰਟੂਨ ਦੀ ਗੱਲ ਕਰ ਰਿਹਾ। ਮੈਂ ਕਿਹਾ ਜੀ ਮੈਂ ਬਿਲਕੁਲ ਉਹ ਗੱਲ ਨਹੀਂ ਕਰ ਰਿਹਾ, ਮੈਂ ਉਹ ਐਨੀਮੇਸ਼ਨ ਦੀ ਗੱਲ ਕਰ ਰਿਹਾ ਜਿਹਦੇ ਜ਼ਰੀਏ ਤੁਹਾਨੂੰ ਬਿਲਕੁਲ ਇੱਕ ਹਿਊਮਨ ਫੋਰਮ ਵਿੱਚ, ਹਿਊਮਨ ਬੋਡੀ ਲੈਂਗੁਏਜ ਵਿੱਚ ਤੁਹਾਨੂੰ ਉਹ ਕੈਰੈਕਟਰ ਸਾਹਮਣੇ ਆਉਣਗੇ। ਐਂਡ ਤਾਂ ਫਿਰ ਉਹਨਾਂ ਨੂੰ ਮੈਂ ਗੱਲ ਸਮਝਾਈ ਅਤੇ ਇਜਾਜ਼ਤ ਦਿੱਤੀ। ਤਾਂ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਅਸੀਂ ਕੈਰੈਕਟਰ ਨੂੰ ਬਿਲਕੁਲ ਇੱਕ ਹਿਊਮਨ ਫੋਰਮ ਨਾਲ, ਇੱਕ ਉਹਦੀ ਬੋਡੀ ਲੈਂਗੁਏਜ ਬਿਲਕੁਲ ਜਿਵੇਂ ਕਿ ਇਨਸਾਨ ਦੀ ਬੋਡੀ ਲੈਂਗੁਏਜ ਹੁੰਦੀ ਹੈ, ਉਹਦੇ ਨਾਲ ਅਸੀਂ ਉਹਨੂੰ ਪੇਸ਼ ਕਰਦੇ ਹਾਂ, ਬੜੀਆਂ ਮੁਸ਼ਕਲਾਂ ਆਉਂਦੀਆਂ। ਕਿਉਂਕਿ ਜਿੰਨੇ ਇਹ ਐਨੀਮੇਸ਼ਨ ਆਰਟਿਸਟ ਹੈ, ਇਹ ਸਾਰੇ ਜਿਹੜੇ ਸਿੱਖਦੇ ਨੇ, ਇਹ ਜਿਹੜੇ ਦੂਸਰੀ ਫਿਲਮਾਂ ਜਿਹੜੀਆਂ ਕਾਰਟੂਨ ਦੀਆਂ ਆਉਂਦੀਆਂ, ਔਰ ਹਾਲੀਵੁੱਡ ਦੀਆਂ ਜਾਂ ਹਿੰਦੁਸਤਾਨ ਦੀਆਂ, ਉਹਨਾਂ ਲਈ ਕੰਮ ਕਰਦੇ ਨੇ, ਇਹ ਕਾਰਟੂਨਸ ਦੇ ਹੀ ਕੰਮ ਕਰਦੇ ਨੇ। ਤਾਂ ਉਹ ਬੋਡੀ ਲੈਂਗੁਏਜ ਨੂੰ ਫਿਰ ਉਹ ਥੋੜ੍ਹਾ ਇੰਜ ਕਰ ਲੈਂਦੇ ਨੇ, ਫਿਰ ਉਹਨੂੰ ਕਹਿਣਾ ਪੈਂਦਾ ਨਹੀਂ ਤੁਸੀਂ ਬਿਲਕੁਲ ਇਹਨੂੰ ਮੈਨੂੰ ਓਨਾ ਹੀ ਸਮੂਥ ਦੇਣਾ ਜਿੱਦਾਂ ਇੱਕ ਹਿਊਮਨ ਕੈਰੈਕਟਰ ਹੁੰਦਾ। ਸੋ ਇਟ ਬਿਕਮਸ ਅ ਟੀਡੀਅਸ ਐਂਡ ਅ ਡਿਫੀਕਲਟ ਜਰਨੀ, ਬਿਕੋਜ਼ ਇੱਕ ਬੰਦੇ ਦੀ ਆਦਤ ਹੈ 2 ਮਿੰਟ, ਫਿਰ ਉਹਨੂੰ ਸੁਧਾਰਨਾ, ਉਹਨੂੰ ਸਮੂਥ ਕਰਨਾ। ਤਾਂ ਬੇਸਿਕਲੀ ਕੋਸ਼ਿਸ਼ ਇਹੀ ਹੈ ਕਿ ਜਦੋਂ ਤੁਸੀਂ ਫਿਲਮ ਦੇਖੋ, 10 ਮਿੰਟਾਂ ਬਾਅਦ ਤੁਸੀਂ ਭੁੱਲ ਜਾਓਗੇ ਕਿ ਤੁਸੀਂ ਇੱਕ ਐਨੀਮੇਸ਼ਨ ਫਿਲਮ ਦੇਖ ਰਹੇ ਹੋ, ਕਿਉਂਕਿ ਤੁਸੀਂ ਚਿਹਰਿਆਂ ਨਾਲ, ਕੈਰੈਕਟਰਸ ਨਾਲ ਇੰਨੇ ਜੁੜ ਜਾਓਗੇ ਕਿ ਯੂ ਵਿਲ ਐਕਚੁਅਲੀ ਫੋਰਗੇਟ ਯੂ ਵਾਚਿੰਗ ਐਨੀਮੇਸ਼ਨ ਫਿਲਮ। ਕਿਆ ਅੱਜ ਵੀ ਸਾਡੀ ਕੌਮ ਨੂੰ ਇੱਦਾਂ ਦੇ ਬਹਾਦਰਾਂ ਦੀ ਲੋੜ ਹੈ? ਬਿਲਕੁਲ ਹੈ, ਉਹੀ ਕਮੀ ਹੈ। ਦੇਖੋ ਇੱਕ ਬੰਦਾ ਬਾਬੇ ਦਾ ਆਸ਼ੀਰਵਾਦ ਲੈ ਕੇ 30 ਬੰਦਿਆਂ ਨਾਲ ਤੁਰਦਾ ਹੈ ਨਾਂਦੇੜ ਤੋਂ, ਮਹਾਰਾਸ਼ਟਰਾ ਤੋਂ, ਔਰ ਇੱਕ ਦਿਨ ਆ ਕੇ ਉਸ ਮਤਲਬ ਕਿ ਵਜ਼ੀਰ ਖਾਨ ਦੇ ਸਾਹਮਣੇ ਖੜ੍ਹਾ ਹੋ ਜਾਂਦਾ ਕਿ 30,000 ਦੀ ਫੌਜ ਲੈ ਕੇ, ਔਰ ਜਿਹੜੀ ਕਿ ਫੌਜ ਬਹੁਤ ਟ੍ਰੇਨ ਨਹੀਂ ਹੈ, ਉਹ 'ਚ 15,000 ਬੰਦੇ ਉਹਨਾਂ ਦੇ ਆਪਣੇ ਹੈ, 15,000 ਉਹ ਹੈ ਜਿਹੜੇ ਕਿ ਅਨਟ੍ਰੇਨਡ ਹੈ, ਜਿਨ੍ਹਾਂ 'ਚੋਂ ਕਈ ਤਾਂ ਚੋਰ ਚਪੱਕੇ ਹੈ, ਉਹ ਨਾਲ ਆ ਗਏ ਨੇ ਵੀ ਚਲੋ ਜਿੱਤ ਜਾਏਗਾ ਅਸੀਂ ਲੁੱਟ ਲੜ ਲਾਂਗੇ, ਇਹੋ ਜਿਹੇ ਬੰਦੇ ਨਾਲ ਹੈ ਜਿਹੜੇ ਕਿ ਡਰ ਕੇ ਪਹਿਲੇ ਭੱਜਦੇ ਹੈ। ਸੋ ਪ੍ਰਾਈਮਰੀ 30,000 ਫੋਰਸ ਹੀ ਕਲੈਕਟਸ, ਉਹ ਬੰਦੇ ਜਿਹੜੇ ਨਾਲ ਜੁੜੇ ਨੇ ਕੋਈ ਤਾਂ ਕਾਰਨ ਹੋਏਗਾ। ਤਾਂ ਮਤਲਬ ਕਿ ਅੱਜ ਦੀ ਜਨਰੇਸ਼ਨ ਨੂੰ ਮੈਂ ਕਹਾਂਗਾ ਜਾਂ ਅੱਜ ਦੇ ਬੰਦੇ ਨੂੰ ਕਹਾਂਗਾ ਵੀ ਤੁਸੀਂ ਕੋਈ ਬਦਲਾਅ ਲਿਆਉਣਾ, ਅਗਰ ਤੁਸੀਂ ਧਰਨ ਕਰ ਲਓਗੇ ਕਿ ਮੈਂ ਇਹ ਕੰਮ ਕਰਨਾ ਜਾਂ ਬਦਲਾਅ ਲਿਆਉਣਾ, ਅਤੇ ਅਗਰ ਉਹ ਬੰਦਾ ਸਿੰਘ ਬਹਾਦਰ, ਉਹ ਬਾਬਾ ਜੀ 31 ਬੰਦੇ ਨੂੰ ਲੈ ਕੇ ਉਹ 30,000 ਦੀ ਫੌਜ ਖੜੀ ਕਰ ਸਕਦੇ, ਮੁਗਲਾਂ ਦੇ 200-300 ਸਾਲ ਦੀ ਇਤਿਹਾਸ ਹੈ ਜਿਹੜੀ ਕਦੀ ਜੰਗ ਹਾਰੀ ਨਹੀਂ, ਉਹ ਜਿੱਤ ਸਕਦੇ ਨੇ, ਤਾਂ ਵਾਈ ਕਾਂਟ ਯੂ ਡੂ ਸਮਥਿੰਗ ਵਿਚ ਯੂ ਥਿੰਕ ਯੂ ਵਾਂਟ ਟੂ ਅਚੀਵ। ਅਗਰ ਤੁਹਾਡੀ ਡਿਟਰਮੀਨੇਸ਼ਨ ਹੋਏ, ਤੁਹਾਡਾ ਟਾਰਗੇਟ ਕਲੀਅਰ ਹੋਏ, ਤੁਸੀਂ ਵੀ ਬਾਬਾ ਬੰਦਾ ਸਿੰਘ ਬਹਾਦਰ ਵਾਂਗ ਉਹ ਕੰਮ ਕਿਉਂ ਨਹੀਂ ਕਰ ਸਕਦੇ? ਬਿਲਕੁਲ ਕਰ ਸਕਦੇ ਅਗਰ ਵਿਸ਼ਵਾਸ ਆਪਣੇ ਆਪ 'ਚ ਹੋਵੇ। ਅਸੀਂ ਗੱਲ ਕਰਾਂਗੇ ਉਸ ਗੀਤ ਦੀ ਜੋ ਗੀਤ ਕੰਟੀਨਿਊਸਲੀ ਸਾਨੂੰ ਮੂਵੀ ਦੇ ਪਿੱਛੇ ਬੈਕਗਰਾਉਂਡ ਸਕੋਰ ਦੇ ਤਰ੍ਹਾਂ ਨਜ਼ਰ ਆ ਰਿਹਾ ਹੈ, ਬੰਦੇ ਦਾ ਖੰਡਾ ਖੜਕੇਗਾ। ਇਸ ਗੀਤ ਦਾ ਖਾਸ ਲਗਾਵ ਕੋਈ ਰਿਹਾ ਹੁੰਦਾ? ਦੇਖੋ ਜੀ, ਇਸ ਗੀਤ ਨੂੰ ਥੋੜ੍ਹਾ ਮੈਂ ਪਹਿਲਾਂ ਸੋਚਿਆ ਵੀ ਮੈਂ ਗੀਤ ਕਿਹਦੇ ਕੋਲੋਂ ਮੈਂ ਮਿਊਜ਼ਿਕ ਦੇ ਲਾਵਾਂ, ਅਤੇ ਭਾਈ ਨਿਰਮਲ ਸਿੰਘ ਹੈ ਬੈਂਕੋਕ ਵਿੱਚ, ਹਾਂਜੀ, ਅਤੇ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕੀਤੀ, ਪਿਛਲੀ ਪਿਕਚਰ ਵਿੱਚ ਉਹਨਾਂ ਨੇ ਕੁਛ ਮੇਰੇ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਸੀਗੀ, ਔਰ ਕੁਦਰਤੀ ਨਹੀਂ ਜੁੜ ਪਾਏ, ਔਰ ਇਸ ਫਿਲਮ 'ਚ ਮੈਂ ਆਈ ਪ੍ਰੋਮਿਸਡ ਹਿਮ ਕਿ ਵੀਲ ਵਰਕ ਇਨ ਦਾ ਨੈਕਸਟ ਫਿਲਮ, ਐਂਡ ਉਹਨਾਂ ਨੂੰ ਫਿਰ ਮੈਂ ਕਿਹਾ ਕਿ ਮੈਂ ਚਲੋ ਇਹ ਗੀਤ ਕਰੋ। ਸੋ ਦੀ ਕੰਟੈਕਸਟ ਆਫ ਦਿਸ ਵਾਜ਼ ਕਿ ਇਹ ਬੜਾ ਇੱਕ ਐਗਰੈਸਿਵ ਗੀਤ ਵੀ ਹੈ, ਇਹਦੇ 'ਚ ਇਮੋਸ਼ਨ ਵੀ ਹੈ, ਇਹਦੇ 'ਚ ਬਾਬਾ ਜੀ ਦਾ ਰੈਫਰੈਂਸ ਵੀ ਹੈ, ਇੱਕ ਆਸ਼ੀਰਵਾਦ ਵੀ ਹੈ ਕਿ ਥਾਪੜਾ ਲੈ ਕੇ ਤੁਰਿਆ। ਸੋ ਇਟ ਹੈਜ਼ ਆਲ ਦ ਕਾਇੰਡ ਆਫ ਇਮੋਸ਼ਨਸ ਇਨ ਵਨ ਸੌਂਗ, ਮਤਲਬ ਕਿ ਦੇਖੋ ਤਾਂ ਜੋਸ਼ ਵੀ ਆਉਂਦਾ ਹੈ, ਫਿਰ ਉਹ ਪਾਇਸਟੀ ਵੀ ਹੈ ਕਿ ਬੰਦਾ ਗੁਰ ਕਿਰਪਾ ਲੈ ਤੁਰਿਆ, ਅਤੇ ਮਤਲਬ ਕਿ ਸੋ ਇਟ ਇਜ਼ ਅ ਡਿਫੀਕਲਟ ਟਾਸਕ ਟੂ ਮਤਲਬ ਕਿ ਗਾਣੇ ਨੂੰ ਫੋਰਮੂਲੇਟ ਕਰਨਾ। ਸੋ ਆਈ ਸ਼ੇਅਰਡ ਮਾਈ ਫੀਲਿੰਗਸ ਐਂਡ ਮਾਈ ਜੋ ਇੱਕ ਕਲੈਰਿਟੀ ਹੁੰਦੀ ਹੈ ਇੱਕ ਮਿਊਜ਼ਿਕ ਡਾਇਰੈਕਟਰ ਨੂੰ ਦੱਸਣਾ ਕਿ ਮੈਨੂੰ ਇਹ ਚਾਹੀਦਾ ਹੈ, ਤੋ ਹੀ ਰੀਅਲੀ ਲਿਵਡ ਅਪ ਟੂ ਇਟ, ਔਰ ਉਹਨਾਂ ਨੇ ਬਹੁਤ ਹੀ ਅੱਛਾ ਮਿਊਜ਼ਿਕ ਸਾਊਂਡ ਕੁਆਲਿਟੀ ਐਵਰੀਥਿੰਗ ਆਲ ਦੀ ਅਰੇਂਜਮੈਂਟ ਐਂਡ ਐਵਰੀਥਿੰਗ ਬਹੁਤ ਅੱਛਾ ਦਿੱਤਾ। ਕਿੰਨੇ ਇਮੋਸ਼ਨਸ ਨੇ, ਮਾਂ ਦੇ ਇਮੋਸ਼ਨਸ ਨੇ, ਬੱਚਿਆਂ ਦੇ ਇਮੋਸ਼ਨਸ ਨੇ, ਗੁਰੂ ਸਾਹਿਬ ਦੀ ਉਹ ਬਾਣੀ ਹੈ, ਗੁਰੂ ਸਾਹਿਬ ਦੇ ਚਿਹਰੇ 'ਤੇ ਜੋ ਤੇਜ਼ ਹੈ ਅਸੀਂ ਬਿਲਕੁਲ ਪਰਸੀਵ ਕਰ ਸਕਦੇ ਸੀ, ਤੁਸੀਂ ਪਰਸੋਨੀਫਾਈ ਕਰ ਦਿੱਤਾ ਉਹਨੂੰ, ਇੱਦਾਂ ਲੱਗਦਾ ਮਹਾਰਾਜ ਸਾਹਿਬ ਸਾਡੇ ਸਾਹਮਣੇ ਖੜ੍ਹੇ ਨੇ। ਅਸੀਂ ਪਿਛਲੀ ਪਿਕਚਰ 'ਚ ਇਹੀ ਗੁਰੂ ਸਾਹਿਬ ਦਾ ਚਿਹਰਾ ਬਣਾਇਆ ਸੀ ਜਦੋਂ, ਅਤੇ ਵੀ ਟੁੱਕ 6 ਮੰਥਸ
ਬਿਕੋਜ਼ ਇੱਕ ਤਾਂ ਸਾਡੇ ਕੋਲ ਆਲਰੇਡੀ ਪ੍ਰਸੈਪਸ਼ਨ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਦੀ, ਜੋ ਸਾਡੇ ਤਸਵੀਰਾਂ ਛਪੀ ਹੋਈ ਹੈ ਸਾਰੀ ਜਗ੍ਹਾ 'ਤੇ ਹੈਗੀ ਹੈ ਭਾਈ ਸੋਭਾ ਸਿੰਘ ਦੀ, ਤਾਂ ਅਸੀਂ ਉਹ ਵੀ ਨਹੀਂ ਬਣਾਉਣਾ ਚਾਹੁੰਦੇ ਸੀਗੇ ਕਿਉਂਕਿ ਕਾਪੀਰਾਈਟ ਇਸ਼ੂ ਸੀਗੇ, ਲੇਕਿਨ ਅਸੀਂ ਉਹ ਵੀ ਬਣਾਉਣਾ ਚਾਹੁੰਦੇ ਸੀ, ਤੁਹਾਨੂੰ ਫਟ ਪਹਿਚਾਣ ਆ ਜਾਏਗੀ ਬਾਬਾ ਜੀ ਨੇ। ਸੋ ਇਟ ਟੁੱਕ ਅ 6 ਮੰਥਸ ਟੂ ਐਕਚੁਲੀ ਕਲੋਜ਼ ਦਾ ਚੈਪਟਰ ਆਫ ਸਿੰਘ, ਆਹ ਬਾਬਾ ਜੀ ਦਾ ਚਿਹਰਾ ਕਰੈਕਟ ਬਣਿਆ, ਇਹ ਰੂਪ ਹੈ ਜਿਹਨੂੰ ਵੇਖ ਕੇ ਸਭ ਨੂੰ ਲੱਗੂਗਾ ਵੀ ਉਹ ਨੂਰ ਵੀ ਦਿਖਦਾ ਹੈ ਔਰ ਇੱਕ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ, ਐਂਡ ਯੂ ਫੀਲ ਦੈਟ ਯੈਸ ਦਿਸ ਇਜ਼ ਇਟ, ਨਾਓ ਵੀ ਕੈਨ ਲੋਕ ਇਟ, ਐਂਡ ਦੈਟ ਇਜ਼ ਹਾਓ ਵੀ ਟੁੱਕ ਟਾਈਮ। ਬਟ ਇੱਕ ਸੇਵਾ ਹੋਰ ਮਿਲੀ ਮੈਨੂੰ ਪਿਛਲੀ ਫਿਲਮ ਬਾਬਾ ਜੀ ਤੋਂ ਕਿ ਛੋਟੇ ਸਾਹਿਬਜ਼ਾਦਿਆਂ ਦਾ ਕੋਈ ਇੱਕ ਆਈਡੈਂਟੀਫਿਕੇਸ਼ਨ ਨਹੀਂ ਸੀਗਾ, ਇੱਕ ਕੋਈ ਪਹਿਚਾਣ ਨਹੀਂ ਸੀਗੀ ਕਿਉਂਕਿ ਕੋਈ ਪਰਟੀਕੁਲਰ ਰੂਪ ਨਹੀਂ ਸੀਗਾ, ਤਾਂ ਉਹ ਰੂਪ ਵੀ ਬਣਾਉਣਾ ਸੀਗਾ ਚਾਰੋਂ ਸਾਹਿਬਜ਼ਾਦਿਆਂ ਦਾ, ਅਤੇ ਉਸ 'ਤੇ ਵੀ ਬੜੀ ਮਿਹਨਤ ਕੀਤੀ ਔਰ ਹੁਣ ਮਤਲਬ ਕਿ ਉਹਨਾਂ ਦੀ ਪਹਿਚਾਣ ਉਸ ਰੂਪ ਨਾਲ ਹੁੰਦੀ ਹੈ, ਅਤੇ ਇਹ ਸੇਵਾ ਮਿਲੀ ਜਦੋਂ ਬਾਬਾ ਜੀ ਤੋਂ, ਤਾਂ ਬੜਾ ਆਈ ਥਿੰਕ ਆਈ ਸਮਟਾਈਮ ਫੀਲ ਆਈ ਵੈਰੀ ਬਲੈਸਡ ਕਿ ਆਈ ਗੋਟ ਦਿਸ ਓਪਰਚੁਨਿਟੀ ਟੂ ਡੂ ਦਿਸ, ਐਂਡ ਆਈ ਮੀਨ ਬੜਾ ਸ਼ੁਕਰਾਨਾ ਉਹਨਾਂ ਦਾ ਕਿ ਇਹ ਸੇਵਾ ਦਾ ਭਾਅ ਮਿਲਿਆ। ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬੀ ਸਿਨੇਮਾ 'ਚ ਤੁਹਾਡੀ ਰਿਸਪੋਂਸਿਬਿਲਟੀ ਬਹੁਤ ਵੱਧ ਗਈ? ਨਹੀਂ, ਮੈਂ ਕੋਸ਼ਿਸ਼ ਕਰ ਰਿਹਾ ਜੀ, ਆਈ ਐਮ ਵਰਕਿੰਗ ਔਨ ਅਨਦਰ ਫਿਲਮ ਬਾਬਾ ਗੁਰੂ ਤੇਗ ਬਹਾਦਰ ਜੀ 'ਤੇ, ਇੱਕ ਪ੍ਰੀਕੁਅਲ ਬਣਾ ਰਿਹਾ ਮੈਂ ਪਹਿਲੀ ਫਿਲਮ ਤੋਂ, ਉਸ ਤੋਂ ਪਹਿਲੇ ਕੀ ਹੋਇਆ ਸੀਗਾ, ਅਤੇ ਉਸ 'ਤੇ ਕੰਮ ਆਲਰੇਡੀ ਸ਼ੁਰੂ ਹੈ। ਇੱਕ ਮੈਂ ਫਿਲਮ ਬਣਾ ਰਿਹਾ ਜੈਤਾ ਦੇ ਉੱਤੇ, ਭਾਈ ਜੈਤਾ ਨੇ ਜਿਹਨਾਂ ਨੇ ਚਾਂਦੀ ਚੌਂਕ ਤੋਂ ਗੁਰੂ ਸਾਹਿਬ ਦਾ ਸੀਸ ਲੈ ਕੇ ਜਿਹੜੇ ਅਨੰਦਪੁਰ ਸਾਹਿਬ ਪਹੁੰਚੇ ਸੀਗੇ, ਵੈਰੀ ਥ੍ਰਿਲਿੰਗ, ਵੈਰੀ ਡੇਅਰਿੰਗ, ਵਾਟ ਅ ਹੀਰੋ, ਅਗੇਨ ਵੈਰੀ ਨੋਟ ਵੈਰੀ ਵੈਲ ਨੋਨ। ਸਾਡੇ ਇਹਨਾਂ ਬਾਰੇ ਕਿਸੇ ਨੂੰ ਪਤਾ ਹੀ ਨਹੀਂ, ਸਾਡੀਆਂ ਜਨਰੇਸ਼ਨਸ ਨੂੰ ਪਤਾ ਨਹੀਂ, ਸਾਡੇ ਪੰਜਾਬੀ ਸਿੱਖ ਦੇ ਸਾਡੇ ਬੱਚਿਆਂ ਨੂੰ ਪਤਾ ਨਹੀਂ, ਅਤੇ ਇਹ ਇੰਨਾ ਬੀੜਾ ਤੁਸੀਂ ਵੱਡਾ ਚੁੱਕ ਲਿਆ ਹੈਰੀ ਸਾਹਿਬ, ਮੈਂ ਤਾਂ ਇਹ ਕਹਾਂਗੀ ਕਿ ਕਿੱਡੀ ਵੱਡੀ ਰਿਸਪੋਂਸੀਬਿਲਟੀ। ਔਰ ਪੇਰੈਂਟਸ ਤੁਹਾਨੂੰ ਜਦੋਂ ਮਿਲਦੇ ਨੇ, ਤੁਸੀਂ ਟੂਰ 'ਤੇ ਜਾਂਦੇ ਹੋ, ਤੁਸੀਂ ਟਰੈਵਲ ਕਰਦੇ ਹੋ, ਤੁਸੀਂ ਫੋਰਨ ਕੰਟਰੀਜ਼ 'ਚ ਜਾਂਦੇ ਹੋ, ਲੋਕ ਕਹਿੰਦੇ ਨੇ ਕਿ ਉੱਥੇ ਆਪਣੇ ਰੂਟਸ ਨਾਲ ਲੋਕ ਜੁੜੇ ਨੇ ਕਿਉਂਕਿ ਉਹ ਵੇਖਣਾ ਚਾਹੁੰਦੇ ਨੇ ਗੁਰੂ ਸਾਹਿਬ ਦੀ ਚੀਜ਼ਾਂ ਨੂੰ। ਅਤੇ ਮੈਂ ਉਸ ਚੀਜ਼ ਨੂੰ ਥੋੜ੍ਹਾ ਹੋਰ ਅੱਗੇ ਲੈ ਕੇ ਜਾ ਰਿਹਾ ਕਿ ਅੱਜ ਦੇ ਘਰਾਂ 'ਚ ਨਾ ਦਾਦੀ ਨਾਨੀ ਐਬਸੈਂਟ ਹੋ ਗਈ ਹੈ, ਠੀਕ ਹੈ ਨਾ, ਸੈਟਲਾਈਟ ਟਾਊਨ ਹੋ ਗਏ ਨੇ, ਨਿਊਕਲੀਅਰ ਫੈਮਿਲੀ ਹੋ ਗਈਆਂ, ਕਰੈਕਟ। ਸੋ ਕਿਉਂਕਿ ਗੈਜਟ ਵਰਲਡ ਹੈ, ਕਿਉਂਕਿ ਦਾਦੀ ਨਾਨੀ ਗਾਇਬ ਹੋ ਗਈ ਹੈ, ਐਬਸੈਂਟ ਹੋ ਗਈ ਹੈ, ਸੋ ਨਾਓ ਮੈਂ ਗੈਜਟ ਦੇ ਅੰਦਰ ਦਾਦੀ ਨਾਨੀ ਕ੍ਰੀਏਟ ਕਰ ਰਿਹਾ। ਤਾਂ ਮੈਂ ਕੀ ਕਰ ਰਿਹਾ, ਆਈਫੋਨਸ, ਐਂਡਰਾਇਡ ਫੋਨਸ, ਟੈਬਲੇਟਸ, ਆਈਪੈਡਸ, ਇਹਦੇ ਵਿੱਚ ਤੁਹਾਨੂੰ ਇੱਕ ਐਪਲੀਕੇਸ਼ਨ ਦੇ ਰਿਹਾ ਵਾਂ ਜਿਹਨੂੰ ਕਹਿੰਦੇ ਨੇ ਗੁਰੂ ਸਾਖੀ ਇਜ਼ ਰੀਟੋਲਡ ਬਾਏ ਹਰੀ ਬਿਓਜਾ। ਤਾਂ ਤੁਸੀਂ ਡਾਊਨਲੋਡ ਕਰੋਗੇ, ਤੁਹਾਨੂੰ ਗੁਰੂ ਸਾਖੀ ਮਿਲ ਜਾਏਗੀ ਔਰ ਉਹਦੇ 'ਚ 17-18 ਸਫ਼ੇ 15 ਸਫ਼ੇ ਦੀ ਸਾਖੀ ਕਹੀ ਜਾਏਗੀ। ਉਹਦੇ ਵਿੱਚ ਸਪੋਜ਼ ਤੁਸੀਂ ਇੱਕ ਪੇਜ ਖੋਲਿਆ ਜਿੱਥੇ ਬਾਬਾ ਨਾਨਕ ਜੀ ਹੈ, ਭਾਈ ਬਰਦਾਨਾ ਬੈਠੇ ਹੈ, ਉਹਦੇ ਹੱਥ 'ਚ ਰਬਾਬ ਹੈ, ਤੁਸੀਂ ਰਬਾਬ ਨੂੰ ਹੱਥ ਲਾਓਗੇ ਬੱਚਾ ਲਾਏਗਾ ਔਰ ਰਬਾਬ ਵੱਜਣੀ ਸ਼ੁਰੂ ਹੋ ਜਾਏਗੀ, ਖਰਗੋਸ਼ ਨੂੰ ਹੱਥ ਲਾਓਗੇ ਭੱਜਣਾ ਸ਼ੁਰੂ ਕਰ ਦੇਗਾ, ਮੋਰ ਨੂੰ ਹੱਥ, ਸੋ ਇੰਟਰੈਕਟਿਵ ਹੈ ਜਿਹੜਾ ਕਿ ਬੱਚੇ ਨੂੰ ਵੀ ਤਰੀਕੇ ਦੀ ਖੇਡ ਮਿਲ ਗਈ ਔਰ ਨਾਲ ਨਾਲ ਉਹ ਸਾਖੀ ਉਸ ਪੇਜ 'ਤੇ ਜੋ ਹੋ ਰਿਹਾ ਹੈ, ਜੋ ਕਿਹਾ ਜਾ ਰਿਹਾ ਉਹ ਸੁਣਨ ਨੂੰ ਮਿਲ ਰਿਹਾ ਉਹਨੂੰ, ਸੋ ਜਿੰਨਾ ਉਹ ਖੇਡੀ ਜਾਏਗਾ ਉਹਨਾਂ ਸੁਣੀ ਜਾਏਗਾ, ਉਹ ਸਾਰੀ ਸਾਖੀ ਸੁਣਨ ਦੇ ਬਾਅਦ ਉਹਨੂੰ ਮਤਲਬ ਕਿ 2-3 ਵਾਰੀ ਉਹ ਪੂਰੀ ਸਾਖੀ ਉਹਦੇ ਜ਼ਹਿਨ 'ਚ ਬੈਠ ਜਾਏਗੀ। ਆਈ ਥਿੰਕ ਇਟ ਇਜ਼ ਵੈਰੀ ਇੰਪੋਰਟੈਂਟ ਟੂ ਟੈਲ ਦੀਜ ਸਾਖੀਜ਼ ਟੂ ਚਿਲਡਰਨ। ਆਈ ਐਮ ਫਰੋਮ ਅ ਸਕੂਲ ਜਿੱਥੇ ਸਾਨੂੰ ਸਾਖੀਆਂ ਸੁਣਾਈ ਜਾਂਦੀਆਂ ਸੀਗੀਆਂ, ਮੇਰੇ ਅੰਦਰ ਇੰਬੈਡਡ ਨੇ ਅੱਜ ਤੱਕ, ਤਾਂ ਨੈਚੁਰਲੀ ਉਹ ਜਿਹੜਾ ਤੁਸੀਂ ਉਹ ਚੀਜ਼ ਇੱਕ ਵਾਰੀ ਤੁਹਾਡੇ ਉਸ ਬਚਪਨ ਦੀ ਉਸ ਉਮਰ ਦੇ ਵਿੱਚ ਤੁਹਾਡੇ ਨਾਲ ਜੁੜ ਜਾਏ, ਉਹ ਤੁਹਾਡੇ ਤੋਂ ਦੂਰ ਨਹੀਂ ਜਾਂਦੀ ਫਿਰ ਕਦੇ ਵੀ। ਸੋ ਆਈ ਐਮ ਡੂਇੰਗ ਦਿਸ ਈ ਬੁੱਕ ਜਿਹਨਾਂ ਵਿੱਚ ਤੁਹਾਨੂੰ ਬੱਚੇ ਵਾਸਤੇ ਬਹੁਤ ਐਕਸਾਈਟਿੰਗ ਗੇਮ ਹੈ, ਅੱਜ ਕੱਲ੍ਹ ਟੈਕਨੋਲੋਜੀ ਬਹੁਤ ਅੱਗੇ ਵੱਧ ਗਈ ਹੈ, ਇੱਕ ਸਮਥਿੰਗ ਨੋਨ ਐਜ਼ ਆਗਮੈਂਟਿਡ ਰਿਐਲਿਟੀ, ਜਿਹਦੇ ਨਾਲ ਤੁਸੀਂ ਇੱਕ ਕੈਮਰਾ ਰੱਖੋ ਆਪਣੇ ਆਈਫੋਨ ਦਾ, ਕੋਈ ਵੀ ਫੋਨ ਦਾ, ਐਂਡਰਾਇਡ ਦਾ, ਅਤੇ ਉਹ ਟ੍ਰਿਗਰ ਪੁਆਇੰਟ ਹੁੰਦਾ ਹੈ ਅਤੇ ਉਹਦੇ ਨਾਲ ਉਹ ਚੀਜ਼ ਸਾਹਮਣੇ ਆ ਜਾਂਦੀ ਹੈ। ਤਾਂ ਫਿਰ ਜਦੋਂ ਸਾਖੀ ਖਤਮ ਹੁੰਦੀ ਹੈ ਅਤੇ ਭਾਈ ਮਰਦਾਨਾ ਮਤਲਬ ਕਿ ਟ੍ਰਿਗਰ ਪੁਆਇੰਟ ਦੇ ਤਾ ਤੁਹਾਨੂੰ ਸ਼ਾਇਦ ਕੋਇਨ ਜਾਂ ਕਿਉਂਕਾਰ ਜਾਂ ਕੋਈ ਵੀ ਚੀਜ਼ ਹੈ, ਤੁਸੀਂ ਉਸ 'ਤੇ ਕੈਮਰਾ ਰੱਖਿਆ, ਸਡਨਲੀ ਤੁਹਾਡੇ ਟੇਬਲ 'ਤੇ ਭਾਈ ਮਰਦਾਨਾ ਆ ਕੇ ਖੜ੍ਹ ਜਾਣਗੇ ਔਰ ਬੱਚੇ ਨਾਲ ਗੱਲ ਕਰਨਗੇ ਕਿ ਤੂੰ ਸਾਖੀ 'ਚੋਂ ਕੀ ਸਿੱਖਿਆ। ਵੰਡਰਫੁਲ। ਔਰ ਫਿਰ ਉਹ ਜਦੋਂ ਬੱਚਾ ਜਵਾਬ ਦੇਣ ਤੋਂ ਪਹਿਲੇ ਹੀ ਉਹ ਜਵਾਬ ਦੇ ਦੇਣਗੇ ਤਾਂ ਕਿ ਬੱਚੇ ਨੂੰ ਇਹ ਨਾ ਲੱਗੇ ਕਿ ਮੇਰਾ ਜਵਾਬ ਗਲਤ ਹੋ ਗਿਆ, ਐਂਡ ਦੈਟ ਹੀ ਫੀਲਸ ਉਹ ਆਈ ਗਲਤ ਸੀਗਾ ਤਾਂ ਉਹ ਸੋਚੇਗਾ ਅੱਛਾ ਮੈਂ ਗਲਤ ਅੱਛਾ ਨਹੀਂ ਬੋਲਿਆ, ਸਹੀ ਸੀਗਾ ਤਾਂ ਮੈਂ ਤਾਂ ਇਹੀ ਕਹਿਣ ਲੱਗਾ ਸੀਗਾ, ਐਂਡ ਫਿਰ ਕਿਸ ਤਰ੍ਹਾਂ ਉਹਨੂੰ ਉਹ ਇਨਾਮ ਦੇਣ ਦੀ ਕੋਸ਼ਿਸ਼ ਕਰਦੇ ਨੇ ਜਿਹੜਾ ਕਿ ਇੱਕ ਹੋਰ ਐਪ ਇੱਕ ਹੋਰ ਐਪ ਖੋਲਦੇ ਆ ਜਿਹਦੇ 'ਚ ਕੈਮਰੇ ਵਿੱਚ ਆਲਰੇਡੀ ਪੇਰੈਂਟਸ ਕੋਲ ਬਾਬਾ ਨਾਨਕ ਦੀ ਫੋਟੋ ਹੈ ਜਿਹਦੇ 'ਚ ਉਹ ਆਸ਼ੀਰਵਾਦ ਦੇ ਰਹੇ ਨੇ ਬੱਚੇ ਨੂੰ, ਉੱਥੇ ਬੱਚਾ ਹੈ ਨਹੀਂ, ਹੁਣ ਉਹ ਫੋਟੋ 'ਚ ਉਹਨੇ ਬੱਚੇ ਨੂੰ ਖੜ੍ਹਾ ਕਰ ਦੇਣਾ ਅਤੇ ਉਹ ਫੋਟੋ ਖਿੱਚਣੀ ਹੈ ਅਤੇ ਪ੍ਰਿੰਟ ਆਊਟ ਕੱਢਣ ਲੱਗਣ ਵੀ ਬਾਬਾ ਨਾਨਕ ਨੇ ਬੱਚੇ ਦੇ ਸਿਰ 'ਤੇ ਹੱਥ ਰੱਖਿਆ ਹੋਇਆ। ਸੋ ਹੀ ਫੀਲਸ ਕਿ ਮੈਨੂੰ ਬਾਬਾ ਜੀ ਨੇ ਬਲੈਸ ਕਰਤਾ ਕਿ ਮੈਂ ਸਾਖੀ ਦੇ ਸਾਰਾ ਮਤਲਬ ਸਮਝ ਗਿਆ। ਤਾਂ ਇਸ ਤਰ੍ਹਾਂ ਇੱਕ ਮੈਂ ਇੱਕ ਐਪਲੀਕੇਸ਼ਨ ਲਿਆ ਰਿਹਾ ਜਿਹੜੀ ਕਿ ਹਰ ਮਹੀਨੇ 2 ਸਾਖੀਆਂ ਲਿਆਵਾਂ ਤਾਂ ਕਿ ਬੱਚਿਆਂ ਨੂੰ ਉਹਦੇ ਨਾਲ ਆਪਣੀ ਸਾਖੀਆਂ ਤੋਂ ਸਾਰੇ ਮੋਰਲਸ ਪਤਾ ਲੱਗਦੇ ਨੇ, ਇਤਿਹਾਸ ਪਤਾ ਲੱਗਦਾ ਹੈ, ਆਪਣੇ ਵਿਰਸੇ ਨਾਲ ਜੁੜਦੇ ਨੇ, ਅਤੇ ਕਾ ਕੋਸ਼ਿਸ਼ ਕਰ ਰਹੇ ਹਾਂ। ਤਾਂ ਆਈ ਥਿੰਕ ਦਿਸ ਨਵੰਬਰ ਐਂਡ ਆਫ ਦਿਸ ਮੰਥ ਵੀ ਵਿਲ ਲਾਂਚ ਦੀ ਸਾਖੀ। ਹੈਰੀ ਜੀ, ਮਿਊਜ਼ਿਕ ਦਾ ਕਿੰਨਾ ਵੱਡਾ ਰੋਲ ਹੈ ਇਸ ਮੂਵੀ ਦੇ ਵਿੱਚ? ਹਰ ਮੂਵੀ 'ਚ ਹੁੰਦਾ ਜੀ, ਮਿਊਜ਼ਿਕ ਦਾ ਬਹੁਤ ਵੱਡਾ ਰੋਲ ਹੁੰਦਾ ਜੀ, ਮੂਵੀਜ਼ 'ਚ ਤਾਂ ਸ਼ਾਇਰੀ ਦਾ ਬੜਾ ਅੱਛਾ ਰੋਲ ਹੁੰਦਾ। ਸੋ ਯੂ ਆਲਵੇਜ਼ ਪੁਸ਼ ਮਿਊਜ਼ਿਕ, ਦੈਟ ਇਜ਼ ਵਾਈ ਇਸ ਵਾਰ
ਜਿੱਦਾਂ ਕਿ ਵੀ ਹੈਵ ਦਲਜੀਤ ਦੋਸਾਂਝ ਤੋਂ ਅਸੀਂ ਸ਼ਬਦ ਪੜ੍ਹਾਇਆ ਸਪੈਸ਼ਲ 'ਚ, ਔਰ ਅਰਮਿੰਦਰ ਗਿੱਲ ਦਾ ਹੈ, ਨੂਰਾ ਸਿਸਟਰਸ ਦਾ ਹੈ, ਸੁਖਵਿੰਦਰ ਦੇ ਗੀਤ ਨੇ, ਰੱਬੀ ਤੋਂ ਅਸੀਂ ਮਿਊਜ਼ਿਕ ਲਿੱਤਾ ਗੀਤ ਦਾ, ਜਿਹੜੇ ਨਗੀਨੇ ਨੇ ਸਾਡੇ ਪੰਜਾਬੀ ਦੇ ਸਾਰੇ ਲੈ ਲਏ ਸਾਰੇ, ਤਾਂ ਕਿ ਸੋ ਦੈਟ ਦੇਰ ਇਜ਼ ਇਨਫ ਫੋਰ ਪੀਪਲ ਟੂ, ਬਿਕੋਜ਼ ਕੀ ਹੁੰਦਾ ਨਾ, ਅਗਰ ਤੁਸੀਂ ਇੱਕ ਫਿਲਮ ਜਿੱਥੇ ਤੁਹਾਨੂੰ ਪਿਆਰ ਮਿਲ ਜਾਂਦਾ ਬੜਾ, ਅਗਲੀ ਫਿਲਮ ਵੇਲੇ ਐਕਸਪੈਕਟੇਸ਼ਨ ਵੱਧ ਜਾਂਦੀਆਂ ਨੇ ਆਡੀਅੰਸ ਦੀਆਂ, ਸੋ ਕੋਸ਼ਿਸ਼ ਹੁੰਦੀ ਹੈ ਕਿ ਯੂ ਗਿਵ ਦੈਮ ਐਨ ਐਟਮੋਸਫੇਅਰ ਐਟਮੋਸਫੇਅਰ ਆਫ ਵਾਚਿੰਗ ਅ ਫਿਲਮ ਜਿਹਦੇ 'ਚ ਹੀ ਦੇ ਇੰਜੋਇਡ ਮੋਰ, ਸੋ ਦੈਟ ਦੇ ਕਮ ਬੈਕ ਫੋਰ ਮੋਰ। ਤੁਸੀਂ ਗੱਲ ਕੀਤੀ ਪ੍ਰੀਕੁਅਲ ਦੀ, ਤੁਸੀਂ ਗੱਲ ਕੀਤੀ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਦੀ, ਅਸੀਂ ਉੱਥੇ ਕਿਸੇ ਨੂੰ ਪਰਸੀਵ ਕਰਾਂਗੇ, ਔਰ ਉਹ ਵੀ ਸਾਨੂੰ ਐਨੀਮੇਟਡ ਮਿਲਣਗੀਆਂ ਮੂਵੀ, ਐਨੀਮੇਟਡ ਉਹ ਐਨੀਮੇਟਡ ਹੈ, ਭਾਈ ਜੈਤਾ ਲਾਈਵ ਹੈ, ਭਾਈ ਜੈਤਾ ਹਾਂ ਲਾਈਵ ਐਕਸ਼ਨ, ਉਹ ਜਦੋਂ ਆਮ ਫੀਚਰ ਫਿਲਮ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਅਸੀਂ ਕੈਰੈਕਟਰ ਦੇ ਰੂਪ ਵਿੱਚ ਦੇਖ ਸਕਦੇ ਹਾਂ, ਲੇਕਿਨ ਗੁਰੂ ਸਾਹਿਬ ਜਿੱਥੇ ਆਉਂਦੇ ਨੇ ਪਰਿਵਾਰ ਆਉਂਦਾ, ਉੱਥੇ ਤਾਂ ਇਹੋ ਜਿਹਾ ਕੁਛ ਨਹੀਂ ਕਰ ਸਕਦੇ ਅਸੀਂ। ਸਰ ਕੋਈ ਖਾਸ ਗੱਲ ਜੋ ਤੁਸੀਂ ਸਾਡੇ ਵਿਊਅਰਸ ਨੂੰ ਦੱਸਣਾ ਚਾਹੋ ਇਸ ਦੇ ਬਣਨ ਦੇ ਦੌਰਾਨ, ਕੋਈ ਅਜਿਹਾ ਤੁਹਾਨੂੰ ਸੁਪਨੇ 'ਚ ਬਾਬਾ ਜੀ ਨੇ ਦਰਸ਼ਨ ਦਿੱਤੇ ਹੋਣ? ਨਹੀਂ ਨਹੀਂ ਇਸ ਤਰ੍ਹਾਂ ਕੁਛ ਨਹੀਂ ਹੈ, ਬਟ ਆਈ ਵੁੱਡ ਸੇ ਦੈਟ ਯੈਸ, ਜਦੋਂ ਵੀ ਮੈਂ ਇਸ ਫਿਲਮ 'ਤੇ ਲਿਖਾਈ ਕਰਦਾ ਸੀ, ਪਹਿਲੀ ਫਿਲਮ ਵੇਲੇ ਮੈਂ ਨਾ ਜਦੋਂ ਫਿਲਮ ਲਿਖੀ ਪਹਿਲੀ ਵਾਰੀ, ਅਤੇ ਮੈਨੂੰ ਆ ਕੇ ਲੋਕਾਂ ਨੇ ਪੁੱਛਿਆ, ਕਈ ਸ਼ਖਸ ਆਏ ਮੇਰੇ ਕੋਲ ਕਿ ਜਦੋਂ ਤੁਸੀਂ ਇਹ ਫਿਲਮ ਬਣਾ ਰਹੇ ਸੀ ਤੁਹਾਨੂੰ ਕਦੀ ਮਹਿਸੂਸ ਹੋਇਆ ਕਿ ਯੂ ਫੈਲ ਦੀ ਪ੍ਰੈਜੈਂਸ ਆਫ ਬਾਬਾ ਜੀ ਔਰ ਸਮਥਿੰਗ ਸਪਿਰਿਚੁਅਲ ਔਰ ਸਮ ਫੀਲਿੰਗ ਦੈਟ ਯੂ ਗੋਟ? ਅਤੇ ਮੈਂ ਸੇ ਨਹੀਂ, ਨੋਟ ਐਟ ਆਲ, ਬੋਲਿਆ ਕਿੱਦਾਂ ਹੋ ਸਕਦਾ? ਮੈਂ ਕਿਹਾ ਵੀ ਪਿਛਲੀ ਫਿਲਮ ਵੇਲੇ ਮੇਰੀ ਇੰਨੀ ਬੈਂਡ ਵੱਜੀ ਹੋਈ ਸੀ ਕਿ ਮੈਨੂੰ ਇਹ ਨਹੀਂ ਪਤਾ ਸੀ ਵੀ ਇਜਾਜ਼ਤ ਮਿਲੇਗੀ ਨਹੀਂ ਮਿਲੇਗੀ, ਲੋਕਾਂ ਨੂੰ ਪਸੰਦ ਆਏਗੀ ਨਹੀਂ ਆਏਗੀ, ਪੈਸਾ ਲਾਉਣਾ ਹੈ ਉਹ ਕਿੱਥੋਂ ਲਿਆਉਣਾ ਹੈ, ਕੋਈ ਪੈਸਾ ਲਾਉਣ ਵਾਸਤੇ ਨਹੀਂ ਆਇਆ ਉਸ ਪਿਕਚਰ 'ਤੇ, ਕਿਸੇ ਬੰਦੇ ਨੇ ਇੱਕ ਰੁਪਿਆ ਇਨਵੈਸਟ ਨਹੀਂ ਕੀਤਾ ਪਿਕਚਰ ਬਣਨ ਤੱਕ, ਔਰ ਮਤਲਬ ਕਿ ਇੰਨੀਆਂ ਡਿਫੀਕਲਟੀਜ਼ ਆਈਆਂ ਪਿਕਚਰ ਬਣਾਉਣ ਨੂੰ, ਤਾਂ ਮੈਂ ਕਿਹਾ ਉਸ ਟਾਈਮ ਮੈਨੂੰ ਇਹ ਹੀ ਹੋਸ਼ ਨਹੀਂ ਸੀਗੀ ਕਿ ਅਭੀ ਮੈਂ ਕਿੱਦਾਂ ਮਹਿਸੂਸ ਕਰਾਂ ਕਿ ਮੇਰੇ ਆਸ ਪਾਸ ਕੋਈ ਹੈ ਕਿ ਅੱਗੇ ਕੀ ਹੋਣਾ, ਮੈਨੂੰ ਤਾਂ ਉਹਦੀ ਟੈਨਸ਼ਨ ਹੁੰਦੀ ਸੀ, ਸੋ ਆਈ ਵਾਜ਼ ਇਨ ਅ ਡਿਫਰੈਂਟ ਸਟੇਟ ਆਫ ਮਾਈਂਡ, ਸੋ ਮੇ ਬੀ ਦੈਟ ਸਪਿਰਿਚੁਅਲ ਮੂਮੈਂਟ ਵਾਜ਼ ਦੇਅਰ ਅਰਾਊਂਡ ਮੀ, ਬਟ ਆਈ ਕੁਡ ਨਾਟ ਸੈਂਸ ਇਟ ਬਿਕੋਜ਼ ਦੇਰ ਵਾਸ ਟੂ ਮਚ ਆਫ ਸੈਂਸ ਸੋਰਟ ਆਫ ਸਟ੍ਰੈਸ ਇਨ ਮਾਈ ਮਾਈਂਡ ਐਂਡ ਦੇਰ ਵਾਸ ਟੂ ਮਚ ਆਫ ਥਿੰਗਸ ਹੈਪਨਿੰਗ ਇਨ ਮਾਈ ਮਾਈਂਡ। ਦੈਨ ਹੁਣ ਇਸ ਫਿਲਮ ਦੀ ਲਿਖਾਈ ਕਰ ਰਿਹਾ ਸੀ, ਹੁਣ ਮੇਰੇ ਨਾਲ ਏਰੋਸ ਕੰਪਨੀਜ਼ ਵਿਦ ਮੀ ਹੈ, ਸੋ ਵੀ ਆਰ ਡੂਇੰਗ ਦਿਸ ਟੁਗੈਦਰ, ਸੋ ਆਈ ਫੈਲਟ ਦੈਟ ਦਿਸ ਟਾਈਮ ਯੈਸ ਦੇ ਵਰ ਮੂਮੈਂਟਸ ਵੇਅਰ ਆਈ ਫੈਲਟ ਕਿ ਆਈ ਮੀਨ ਦੇਰ ਇਜ਼ ਸਮ ਗਾਈਡੈਂਸ ਕਮਿੰਗ ਟੂ ਮੀ। ਕਦੀ ਕਦੀ ਹੁੰਦਾ ਤੁਸੀਂ ਕੁਝ ਲਿਖਣ ਵੇਲੇ ਅੜ ਜਾਂਦੇ ਹੋ ਕਿ ਇਹਨੂੰ ਕਿੱਦਾਂ ਬ੍ਰੇਕ ਕਰਾਂ, ਇਹ ਸੀਨ ਨਹੀਂ ਮਜ਼ਾ ਆ ਰਿਹਾ, ਇਹਨੂੰ ਕਿਸ ਤਰ੍ਹਾਂ, ਇਹਨੂੰ ਕਿਸ ਤਰ੍ਹਾਂ ਪੇਸ਼ ਕਰਾਂ, ਅਤੇ ਇਨਫੈਕਟ ਦੈਟਸ ਦ ਟਾਈਮ ਐਨ ਆਈ ਫੈਲ ਸਮਥਿੰਗ, ਆਪਣੇ ਆਪ ਇੱਕ ਚੀਜ਼ ਦਾ ਹੱਲ ਮੈਨੂੰ ਮਿਲ ਜਾਂਦਾ ਹੈ ਔਰ ਗੱਲ ਅੱਗੇ ਵੱਧ ਜਾਂਦੀ ਹੈ। ਸੋ ਆਈ ਵੁਡ ਸੇ ਦੈਟ ਆਈ ਕੁਡ ਸੀ ਔਰ ਸਮਥਿੰਗ, ਬਟ ਆਈ ਕੁਡ ਫੀਲ ਦੈਟ ਦੇਰ ਇਜ਼ ਸਮਥਿੰਗ ਦੇਅਰ ਟੂ ਗਾਈਡ ਮੀ ਟੂ ਮੇਕ ਥਿੰਗਸ ਬੈਟਰ, ਜੋ ਮੈਂ ਕਰ ਰਿਹਾ ਉਹਨੂੰ ਹੋਰ ਕਿੱਦਾਂ ਅੱਛਾ ਕੀਤਾ ਜਾ ਸਕਦਾ ਹੈਗਾ, ਉਹ ਮੈਨੂੰ ਆਪਣੇ ਆਪ ਹੀ ਆਈਡੀਆਜ਼ ਆ ਜਾਂਦੇ ਨੇ ਔਰ ਮੈਂ ਆਪਣੀ ਲਿਖਾਈ 'ਚ ਉਸ ਚੀਜ਼ ਨੂੰ ਲਿਖਣ ਵੇਲੇ ਜ਼ਰੂਰ ਮਹਿਸੂਸ ਕੀਤਾ। ਯਾਨੀ ਕਿ ਉਹ ਗੱਲ ਸੱਚੀ ਹੋ ਗਈ, ਬਾਬਾ ਜੀ ਤੁਹਾਡੇ ਨਾਲ ਸੀ, ਐਤਕੀ ਤੁਸੀਂ ਫੀਲ ਕੀਤਾ? ਆਈ ਮੀਨ ਆਈ ਵੁੱਡ ਸੇ ਡਿਫਰੈਂਟਲੀ, ਬਟ ਯੈਸ, ਅਗਰ ਕੋ ਕਿ ਉਹ ਮੂਮੈਂਟਸ ਹੈ ਤਾਂ ਆਈ ਡਿਡ ਫੀਲ ਦੋਜ਼ ਮੂਮੈਂਟਸ। ਨਵੀਂ ਪੀੜ੍ਹੀਆਂ ਲਈ ਤੁਸੀਂ ਪ੍ਰੇਰਣਾਦਾਇਕ ਹੈਗੇ ਹੋ, ਤੁਸੀਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬੀ ਸਿਨੇਮਾ ਨੂੰ ਲੈ ਕੇ ਕੀ ਸਿਨੈਰੀਓ ਵੇਖਦੇ ਹੋ? ਤੁਸੀਂ ਤਾਂ ਚਾਰ ਸਾਹਿਬਜ਼ਾਦਿਆਂ ਨਾਲ ਸ਼ੁਰੂਆਤ ਕੀਤੀ ਹੈ, ਸੀਕੁਅਲ ਹੈ, ਪ੍ਰੀਕੁਅਲ ਤੁਸੀਂ ਤਿਆਰੀ ਕਰ ਰਹੇ ਹੋ, ਤੁਸੀਂ ਹਿਸਟੋਰੀਕਲ ਮੂਵੀਜ਼ ਦੇ ਨਾਲ ਹੀ ਅੱਗੇ ਵੱਧ ਰਹੇ ਹੋ, ਕਿਆ ਅਸੀਂ ਇਹ ਮੰਨੀਏ ਕਿ ਤੁਸੀਂ ਅੱਗੇ ਕਦੇ ਕੋਈ, ਜਦੋਂ ਤੁਸੀਂ ਬਾਲੀਵੁੱਡ ਦੇ ਵਿੱਚ ਬੜੀ ਰੋਮਾਂਟਿਕ ਮੂਵੀਜ਼ ਬੜੀ ਖੂਬਸੂਰਤੀ ਦੇ ਨਾਲ ਪੇਸ਼ ਕੀਤੀਆਂ, ਅੱਗੇ ਕੋਈ ਉਹ ਵੀ ਸਾਨੂੰ ਮਿਲੇਗਾ ਪੰਜਾਬੀ ਥੀਏਟਰ? ਆਈ ਥਿੰਕ ਫਿਲਹਾਲ ਆਈ ਐਮ ਇਨ ਟੂ ਦਿਸ, ਅੱਗੇ ਕੀ ਹੋਏਗਾ ਬਾਬਾ ਜੀ ਦੱਸਣਗੇ। ਰੱਬੀ ਸ਼ੇਰਗਿੱਲ ਸਾਹਿਬ ਨੇ ਇਸ ਮੂਵੀ ਦੇ ਵਿੱਚ ਤੁਹਾਡੇ ਲਈ ਲਿਖਿਆ ਹੈ ਕੁਝ, ਇੱਕ ਗੀਤ ਬਣਾਇਆ ਜੀ, ਕਿੱਦਾਂ ਸਬਬ ਬਣਿਆ ਉਹਨਾਂ ਦੇ ਨਾਲ? ਦੇਖੋ ਇੱਕ ਬੜੀ ਇੰਟਰਸਟਿੰਗ ਗੱਲ ਹੈ ਕਿ ਜਿਸ ਜ਼ਮਾਨੇ ਬਾਬਾ ਬੰਦਾ ਸਿੰਘ ਸੀਗੇ, ਉਹਨਾਂ ਨੇ ਜਨਤਾ ਨੂੰ ਖੜਾ ਕੀਤਾ, ਜਿਹੜੇ ਲੋਕ ਉਹਨਾਂ ਨੂੰ ਲੁੱਟ ਰਹੇ ਸੀ, ਜਿਹੜੇ ਤੰਗ ਕਰ ਰਹੇ ਸੀ, ਜਿਹੜੇ ਜ਼ਾਲਿਮ ਲੋਕ ਸੀ, ਤਲਵਾਰ ਦੀ ਨੋਕ ਨਾਲ ਉਹਨਾਂ ਨੇ ਉਹਨਾਂ ਲੋਕਾਂ ਨੂੰ ਸਹਾਰਾ ਦਿੱਤਾ, ਉਹਨਾਂ ਨੂੰ ਪ੍ਰੋਟੈਕਟ ਕੀਤਾ। ਉਸੇ ਵਕਤ 'ਤੇ ਇੱਕ ਹੋਰ ਸ਼ਖਸ ਸੀਗੇ, ਬਾਬਾ ਬੁੱਲੇ ਸ਼ਾਹ, ਸੂਫੀ ਸੇਂਟ, ਸੂਫੀ ਪੋਇਟ, ਉਹਨਾਂ ਨੇ ਆਪਣੀ ਕਲਮ ਨਾਲ, ਆਪਣੀ ਨਜ਼ਮ ਨਾਲ ਉਹ ਪਖੰਡੀਆਂ ਨੂੰ, ਮਤਲਬ ਕਿ ਲੋਕਾਂ ਨੂੰ ਪਖੰਡ ਤੋਂ ਦੂਰ ਕਰਦੇ ਸੀਗੇ ਥਰੂ ਹਿਜ਼ ਪੋਇਟਰੀ ਐਂਡ ਥਰੂ ਹਿਜ਼ ਮਿਊਜ਼ਿਕ। ਉਹ ਵੀ ਉਸ ਟਾਈਮ 'ਤੇ ਸੀਗੇ ਜਿਸ ਟਾਈਮ ਬਾਬਾ ਬੰਦਾ ਸਿੰਘ ਬਹਾਦਰ ਸੀ। ਸੋ ਮੈਂ ਫਿਲਮ 'ਚ ਸੋਚਿਆ ਕਿ ਮੈਂ ਕਿਉਂ ਨਾ ਬੁੱਲੇ ਸ਼ਾਹ ਨੂੰ ਫਿਲਮ 'ਚ ਲੈ ਕੇ ਆਵਾਂ, ਸੋ ਤਾਂ ਕਿ ਇੱਕ ਮੈਨੂੰ ਥੋੜ੍ਹਾ ਇੱਕ ਉਹਦਾ ਡਰਮੈਟਿਕ ਰਿਲੀਫ ਚਾਹੀਦਾ ਹੁੰਦਾ, ਔਰ ਬਾਬਾ ਬੁੱਲੇ ਸ਼ਾਹ ਉਹ ਗੀਤ 'ਚ ਉਹ ਗੱਲ ਕਹਿਣ ਜੋ ਐਕਚੁਅਲੀ ਉਸ ਟਾਈਮ ਮਾਹੌਲ ਹੈ ਉਸ ਫਿਲਮ ਦਾ, ਜੋ ਸਾਡੀ ਫਿਲਮ ਚੱਲ ਰਹੀ ਹੈ। ਜਦੋਂ ਮੈਂ ਬਾਬਾ ਬੁੱਲੇ ਸ਼ਾਹ ਦੀ ਪੋਇਟਰੀਜ਼ ਨੂੰ ਰਿਸਰਚ ਕੀਤਾ ਕਿ ਕਿਹੜੇ
ਪੋਇਟਰੀ ਹੈਗੀ ਜਿਹੜੀ ਕਿ ਮੇਰੀ ਫਿਲਮ ਦੇ ਰੈਲੀਵੈਂਸ ਨਾਲ ਚੱਲ ਸਕਦੀ ਹੈ, ਤਾਂ ਕਿ ਜਦੋਂ ਮੈਂ ਉਹ ਗੀਤ ਗਾਵਾਂ ਅਤੇ ਜੋ ਫਿਲਮ 'ਚ ਹੋ ਰਿਹਾ ਉਹ ਨਾਲ ਕਨੈਕਟ, ਇਟ ਸ਼ੁੱਡ ਬੀ ਰੀਲੀ, ਇਟ ਸ਼ੁੱਡ ਅਪਲਾਈ ਟੂ ਦੈਟ, ਇਟ ਸ਼ੁੱਡ ਸੋਰਟ ਆਫ ਰੈਲੀਵੈਂਟ ਟੂ ਦੈਟ, ਯੂ ਵਿਲ ਬਿਲੀਵ ਮੀ। ਉਸ ਪੋਇਟਰੀ ਵਿੱਚ ਮੈਨੂੰ ਇੱਕ ਸਟੈਂਜ਼ਾ ਮਿਲਿਆ ਜਿੱਥੇ ਬਾਬਾ ਭੋਲੇ ਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਬਾਰੇ ਇੱਕ ਸਟੈਂਜ਼ਾ ਲਿਖਿਆ ਹੋਇਆ। ਮੈਨੂੰ ਬੜੀ ਉਸ ਦਿਨ ਖੁਸ਼ੀ ਹੋਈ ਕਿ ਮੈਂ ਇੱਕ ਬੜੀ ਵਧੀਆ ਚੀਜ਼ ਲੱਭੀ ਹੈ। ਤੋ ਮੈਂ ਬਾਕੀ ਪੈਰਾਗ੍ਰਾਫਸ ਔਰ ਉਹ ਪੈਰਾਗ੍ਰਾਫ ਲੈ ਕੇ ਫਿਰ ਮੈਂ ਜਦੋਂ ਮੈਂ ਰੱਬੀ ਨਾਲ ਗੱਲ ਕੀਤੀ ਬਈ ਮੈਂ ਕਿੱਦਾਂ ਕੀ ਚਾਹੀਦਾ, ਲੇਕਿਨ ਇਹ ਚਾਰ ਸਟੈਂਜ਼ੇ ਹੈਗੇ ਨੇ ਜਿਹੜੇ ਮੈਨੂੰ ਚਾਹੀਦੇ ਨੇ। ਅਤੇ ਉਹਨਾਂ ਨੇ ਕਿਹਾ ਵੀ ਇਹ ਸਟੈਂਜ਼ੇ 'ਤੇ ਬੜੇ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ, ਇਹ ਕਿਸੇ ਲੰਮੀਆਂ ਨੇ, ਉਹ ਛੋਟੇ ਨੇ, ਉਹ ਮਤਲਬ ਕਿ ਦ ਲਾਈਨਸ ਇਨ ਦ ਵਰਡਸ ਆਰ ਡਿਫਰੈਂਟ। ਤੋ ਮੈਂ ਇਹਨੂੰ ਇਟ ਵੋਂਟ ਪ੍ਰੋਬਲੀ ਗੋ ਦ ਵੇ ਆਈ ਪ੍ਰੋਬਲੀ, ਯੂਜੀ ਇੱਕ ਸੌਂਗ ਵਿੱਚ ਇੱਕ ਅੰਤਰਾ ਆਉਂਦਾ ਅਤੇ ਉਹਦੀ ਉਹ ਲਿਖਤ ਉਹ ਨਹੀਂ ਹੁੰਦੀ ਹੈ। ਮੈਂ ਕਿਹਾ ਨੈਵਰ ਮਾਈਂਡ, ਵੀਲ ਗਿਵ ਡਿਫਰੈਂਟ ਟਿਊਨਸ ਟੂ ਈਚ ਅੰਤਰਾ, ਬਟ ਵੀਲ ਹੈਵ ਅ ਮੁਖੜਾ, ਸੋ ਵੀਲ ਬੀ ਇਨੋਵੇਟਿਵ ਐਂਡ ਲੈਟਸ ਡੂ ਦੈਟ, ਲੈਟਸ ਡੂ ਮੇਕ ਸਮਥਿੰਗ ਲਾਈਕ ਦੈਟ। ਹੀ ਸੈਡ ਵਾਓ, ਦੈਟਸ ਅ ਗੁੱਡ ਵੇ ਟੂ ਡੂ ਇਟ, ਐਂਡ ਦੈਟਸ ਹਾਓ ਅਸੀਂ ਉਹ ਬਾਬਾ ਭੋਲੇ ਸ਼ਾਹ ਦਾ ਗੀਤ ਉਹ ਲਿਖਿਆ, ਉਹ ਲਿਖਤ ਭੇਜੀ ਉਹਨਾਂ ਨੂੰ ਅਤੇ ਉਹ ਗਾਣਾ ਉਹਨਾਂ ਨੇ ਮੇਰੇ ਲਈ ਰਿਕਾਰਡ ਕੀਤਾ। ਫਿਰ ਸੁਖਵਿੰਦਰ ਦੀ ਆਵਾਜ਼ ਅਸੀਂ ਉਹ ਗੀਤ ਗਵਾਇਆ ਉਹਨਾਂ ਕੋਲ। ਜੋ ਗਾਣੇ ਨੇ ਉਹ ਦੋ ਇੱਕ ਸ਼ਿਪਰਾ ਨੇ ਗਾਇਆ ਹੈ ਹਿੰਦੀ ਦੇ ਵਿੱਚ। ਹਾਂਜੀ, ਗਾਣਾ ਕਿਉਂਕਿ ਜਿਹੜੀ ਹਿੰਦੀ ਵਰਜ਼ਨ ਹੈ ਅਤੇ ਉਹਦੇ ਵਿੱਚ ਸਾਨੂੰ ਲੱਗਿਆ ਵੀ ਇਹ ਦੋ ਗੀਤ ਆ ਜਿਹੜੇ ਹਿੰਦੀ 'ਚ ਹੋ ਜਾਣਗੇ ਅਤੇ ਜ਼ਰਾ ਉਹਨਾਂ ਦਾ ਮੀਨਿੰਗ ਜ਼ਿਆਦਾ ਅੱਛਾ ਆਏਗਾ। ਅਤੇ ਇੱਕ ਜਿਹੜਾ ਅਮਰਿੰਦਰ ਨੇ ਗਾਣਾ ਗਾਇਆ ਪਿਕਚਰ ਵਿੱਚ ਬੜੇ ਚਾਵਾਂ ਨਾਲ ਤੁਰੀ ਸੀ ਮਾਂ, ਉਹ ਸ਼ਿਪਰਾ ਗੋਲਕ ਅਸੀਂ ਹਿੰਦੀ 'ਚ ਗਵਾਇਆ, ਬੜੇ ਚਾਹ ਸੇ ਚਲੀ ਥੀ ਮਾਂ ਕਿ ਬੇਟੋਂਕੇ ਦੀਦਾਰ ਹੋਵੋਗੇ। ਔਰ ਜਿਹੜਾ ਮੇਨ ਸੌਂਗ ਹੈ ਵੰਡੇ ਦਾ ਖੰਡਾ ਖੜਕੇਗਾ, ਉਹ ਹਿੰਦੀ ਵਿੱਚ ਅਸੀਂ ਕਰਾ ਤਾ ਕਿ ਹਿੰਦੀ ਵਰਜ਼ਨ ਵਿੱਚ ਥਰੂ ਆਊਟ ਚੱਲਦਾ ਹੈ, ਤੋ ਲੋਕਾਂ ਨੂੰ ਮਤਲਬ ਕਿ ਉਹ ਗਾਣੇ ਨਾਲ ਮਤਲਬ ਔਰ ਹਰ ਚੀਜ਼ ਜ਼ਿਆਦਾ ਕਲੀਅਰ ਹੋ ਜਾਏ। ਦਿਲਜੀਤ ਤਾਂ ਖੈਰ ਹੁਣ ਗਲੋਬਲ ਪਰਸਨੈਲਿਟੀ ਹੋ ਗਏ ਨੇ, ਹੈ ਨਾ? ਕਿੰਨਾ ਉਹਨਾਂ ਨੇ ਕੀ ਕਿਹਾ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਕਿ ਚਾਰ ਸਾਹਿਬਜ਼ਾਦੇ 'ਚ ਉਹਨਾਂ ਤੋਂ ਤੁਸੀਂ ਸ਼ਬਦ ਗਵਾਏ? ਦੇਖੋ, ਐਜ਼ ਅ ਸੈਟ ਕਿ ਇੱਕ ਭਾਵਨਾ ਹੁੰਦੀ ਹੈ ਔਰ ਬੜੀ ਭਾਵਨਾ ਨਾਲ ਗਿਆ ਏ, ਉਹਨੇ ਗੀਤ ਗਾਇਆ ਅਤੇ ਮੈਂ ਕਿਹਾ ਜੀ ਇਹਦੀ ਤੁਸੀਂ ਕੀ ਸੇਵਾ ਮੰਗਦੇ ਹੋ? ਬੋਲ ਜੀ, ਮੈਨੂੰ 1 ਰੁਪਿਆ ਨਹੀਂ ਚਾਹੀਦਾ। ਵਾਓ, ਨਾ ਹੀ ਅਮਰਿੰਦਰ ਨੇ ਪੈਸੇ ਲਿੱਤੇ, ਨਾ ਉਹਨੇ ਪਿਛਲੀ ਪਿਕਚਰ ਦਿੱਤੇ, ਨਾ ਇਸ ਪੈਸੇ ਪਿਕਚਰ ਪੈਸੇ ਲਿੱਤੇ। ਇਹ ਸੇਵਾ, ਰਾਈਟ? ਬਿਕੋਜ਼ ਇਹ ਭਾਵਨਾ ਹੁੰਦੀ ਜੁੜਨ ਦੀ, ਇੱਕ ਹੁੰਦਾ ਕਿ ਮੈਂ ਇੱਕ ਤਰੀਕੇ ਨਾਲ, ਮੇ ਬੀ ਦੈਟਸ ਹਿਜ਼ ਵੇ ਆਫ ਪ੍ਰੋਬਲੀ ਡੂਇੰਗ ਦੀ ਸੇਵਾ ਦੈਟ ਹੀ ਫੈਲਡ ਵਾਜ਼ ਰਾਈਟ। ਸੋ ਗੁੱਡ ਟੂ ਦੀਸ ਗ੍ਰੇਟ ਐਕਟਰਸ ਦੈਟ ਵੀ ਹੈਵ ਇਨ ਪੰਜਾਬੀ ਸਿਨੇਮਾ, ਹੂ ਆਰ ਰੈਡੀ ਟੂ ਕਮ ਫੋਰਵਰਡ ਐਂਡ ਜਸਟ ਯੂ ਨੋ ਡੂ ਸਮਥਿੰਗ ਫੋਰ ਅ ਕੌਜ਼। ਹੈਰੀ ਜੀ, ਚਲਦੇ ਚਲਦੇ ਸਾਡੇ MH1 ਦੇ ਵਿਊਅਰਸ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਆਪਣੀ ਮੂਵੀ ਵਾਸਤੇ? ਮੈਂ ਇਹੀ ਕਹਾਂਗਾ, ਪਿਛਲੀ ਫਿਲਮ ਬਹੁਤ ਪਿਆਰ ਦਿੱਤਾ, ਉਮੀਦ ਹੈ ਤੁਸੀਂ ਉਨਾ ਹੀ ਪਿਆਰ ਇਸ ਫਿਲਮ ਦੇ। ਤੁਹਾਨੂੰ ਜੀ ਸਾਡੇ ਪੂਰੇ MH1 ਪਰਿਵਾਰ, TV ਨੈਟਵਰਕ ਵੱਲੋਂ ਬਹੁਤ ਸਾਰੀਆਂ ਸ਼ੁਭਕਾਮਨਾ, ਔਰ ਇਹ ਤੁਹਾਡੀ ਫਿਲਮ ਉੱਦਾਂ ਹੀ ਸੁਪਰ ਹਿੱਟ ਹੋਵੇ ਜਿੱਦਾਂ ਪਿਛਲੀ ਹੋਈ ਸੀ, ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਗੁਰੂ ਮਹਾਰਾਜ ਤੁਹਾਡੇ 'ਤੇ ਕਿਰਪਾ ਰੱਖਣ, ਤੁਸੀਂ ਇੱਦਾਂ ਹੀ ਸਾਡੇ ਇਤਿਹਾਸ ਨੂੰ ਸਾਡੀਆਂ ਪੀੜ੍ਹੀਆਂ ਤੱਕ ਪਹੁੰਚਾਉਂਦੇ ਰਹੋ। ਹੈਰੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਸੀਂ ਇਹ ਮੂਵੀ ਜ਼ਰੂਰ ਆਪਣੇ ਬੱਚਿਆਂ ਦੇ ਨਾਲ ਵੇਖਣ ਜਾਓਗੇ, ਉਹਨਾਂ ਨੂੰ ਦੱਸੋਗੇ ਕਿ ਜੋ ਰੋਟੀ ਵੀ ਤੁਸੀਂ ਖਾ ਰਹੇ ਹੋ, ਇੱਕ ਅੰਨ ਦਾ ਵੀ ਟੁਕੜਾ ਤੁਸੀਂ ਅੰਦਰ ਲੈਂਦੇ ਹੋ, ਉਹ ਜੋ ਖੂਨ ਦਾ ਕਤਰਾ ਬਣਦਾ ਹੈ ਉਹ ਵੀ ਸਾਡੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਕਰਕੇ ਹੈ। ਜੇ ਉਹ ਨਾ ਹੁੰਦੇ ਤਾਂ ਅੱਜ ਅਸੀਂ ਵੀ ਨਾ ਹੁੰਦੇ। ਅੱਜ ਦੀ ਖਾਸ ਮੁਲਾਕਾਤ 'ਚ ਇੰਨਾ ਹੀ, ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।